ARPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:36 ਹੋਏ ਆ ਤੇ 21 ਅਕਤੂਬਰ ਦਾ ਦਿਨ ਹੈ, ਵਰਾ 2021 ਦਾ ਵੀਰਵਾਰ ਹੈ। 5 ਕੱਤਕ ਨਾਨਕ ਸ਼੍ਰੀ ਸਮਤ 557 ਦੇ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਲਭ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਸ਼ਾਮਿਲ ਹੋਣਾ। ਸਰਕਾਰ ਨੂੰ ਭਾਈਚਾਰੇ ਦੀ ਗੱਲਬਾਤ ਆਪਾਂ ਕਰਦੇ ਹੁੰਦੇ ਆ, ਅੱਜ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਹੋਏਗੀ, ਤੁਸੀਂ ਸ਼ਾਮਿਲ ਹੋਣਾ। 1844-247-1550 ਔਨ ਏਅਰ ਨੰਬਰ ਰਹੇਗਾ। ਇਹੀ ਹੀਰ ਦੀ ਕਰੇ ਤਾਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ। ਖੂਨੀ ਚੂੰਦੀਆਂ ਰਾਤ ਜੋ ਚੰਨ ਗਿਰਦੇ ਸੁਰਖ ਰੰਗ ਜੋ ਰੰਗ ਸ਼ਹਾਬ ਦਾ ਜੀ। ਨੈਣ ਨਿਰਗਸੀ ਮਿਰਗ ਮਮੋਲੜ ਦੇ ਗੱਲਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ। ਭਮਾ ਵਾਂਗ ਕਮਾਲ ਲਾਹੌਰ ਦੇ ਸਨ ਕੋਈ ਹੁਸਨ ਦਾ ਅੰਤ ਹਿਸਾਬ ਦਾ ਜੀ। ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਿਹਾ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਖੁੱਲੀ ਤਿੰਜਣਾ ਵਿੱਚ ਲਟਕਦੀ ਹੈ ਹਾਥੀ ਮਸਤ ਜੋ ਫਿਰੇ ਨਵਾਬ ਦਾ ਜੀ। ਜਿਹੜੇ ਸੋਹਣੇ ਤੇ ਖਤ ਖਾਲ ਬਣਦੇ ਖੁਸ਼ ਖਤ ਜਿਉਂ ਹਰਫ ਕਿਤਾਬ ਦਾ ਜੀ। ਜਿਹੜੇ ਵੇਖਣੇ ਦੇ ਰੀਜ਼ਵਾਨ ਆਏ ਵੱਡਾ ਫਾਇਦਾ ਇਹਨਾਂ ਦੇ ਬਾਪ ਦਾ ਜੀ। ਚਲੋ ਲੈਲਾ ਤੁਲ ਕਦਰ ਦੀ ਕਰੋ ਜ਼ਿਆਰਤ ਵਾਰੇ ਸ਼ਾਹ ਆਏ ਕੰਮ ਸਵਾਬ ਦਾ ਜੀ। ਬਾਬਾ ਵਾਰੇ ਸ਼ਾਹ ਹੀਰ ਦੀ ਗੱਲ ਕਰ ਰਿਹਾ। ਮੇਰੇ ਨਾਲ ਦੇਵ ਸਿੱਧੂ ਨੇ ਕੌਂਸਲ ਸ੍ਰੀ ਐਪਸਫਰਡ ਦੇ। ਦੇਵ ਸਿੱਧੂ ਹੋਣੀ ਪਿਛਲੇ ਦਿਨੀ ਇਲੈਕਸ਼ਨ ਜਿੱਤੇ ਨੇ ਤੇ ਹੁਣ ਉਹਨਾਂ ਨੇ ਸਹੁੰ ਚੁੱਕ ਸਮਾਗਮ ਹੋਇਆ ਪਿਛਲੇ ਦਿਨੀ ਤੇ ਹੁਣ ਉਹ ਅਫੀਸ਼ਲੀ ਕੌਂਸਲਰ ਨੇ। ਅਫੀਸ਼ਲੀ ਕੌਂਸਲਰ ਬਣਨ ਤੋਂ ਪਹਿਲਾਂ ਹੀ ਘਰਾਟ ਰਾਗ ਇੱਥੇ ਸ਼ੁਰੂ ਹੋ ਗਿਆ। ਦੇਖੋ ਜੀ ਉਹ ਸੜਕ ਤੇ ਜਾਵੇ ਜੀ, ਉੱਥੇ ਉਹਦੇ ਟਾਇਰ ਵੱਢਤੇ ਜੀ, ਹਾਲੇ ਸਹੁੰ ਵੀ ਨਹੀਂ ਸੀ ਚੱਕੀ ਕੌਂਸਲਰ ਨੇ। ਤੋ ਕਈ ਵਾਰ ਅਸੀਂ ਕਾਫੀ ਕਰਦੇ ਹਾਂ ਕਿਉਂਕਿ ਸਾਡੇ ਸੂਤ ਨੀ ਕੋਈ ਤਾਂ ਉਹ ਬਿਲਕੁਲ ਟੇਢਾ ਤੁਰਦਾ, ਟਬੂੰਦੀ ਦਾ ਸਿਰ ਹਿਲਦਾ। ਹਾਂ ਸਾਡੇ ਅਸੀਂ ਕਿਸੇ ਨੂੰ ਇੰਡੋਰਸ ਕਰ ਦਈਏ ਫਿਰ ਉਹ ਕੁਛ ਕਰੀ ਚੱਲੇ, ਫਿਰ ਕਿਉਂਕਿ ਅਸੀਂ ਨਾਲ ਹਾਂ ਦਾ ਇਹਦੇ ਕਰਕੇ ਉਹ ਸਹੁੰ ਵੀ ਨਹੀਂ ਸੀ ਚੁੱਕੀ। ਮੈਂ ਫੋਨ ਕਰਕੇ ਪੁੱਛਿਆ ਦੇਵ ਆਹ ਇੱਕ ਇਸ਼ੂ ਆ ਟਾਇਰ ਦਾ ਕੋਈ ਕੱਟ ਰਿਹਾ, ਕਿੱਥੇ ਕੱਟ ਰਿਹਾ? ਕਹਿੰਦਾ ਬਾਈ ਜੀ ਮੈਂ ਸਹੁੰ ਤਾਂ ਚੁੱਕ ਲਵਾਂ, ਮੈਂ ਕੰਮ ਸ਼ੁਰੂ ਕਰੂੰਗਾ। ਦੇਵ ਸਿੱਧੂ ਮੇਰੇ ਨਾਲ ਨੇ। ਦੇਵ ਸਵਾਗਤ, ਸਤਿ ਸ੍ਰੀ ਅਕਾਲ। ਬਾਈ ਜੀ ਗੁੱਡ ਆਫਟਰਨੂਨ ਤੁਹਾਨੂੰ ਨਾਲੇ ਤੁਹਾਡੇ ਸਾਰਿਆਂ ਲਿਸਨਰਸ ਨੂੰ ਵੀ ਜੀ ਧੰਨਵਾਦ। ਅੱਛਾ ਪਹਿਲੀ ਤਾਂ ਗੱਲ ਵਧਾਈਆਂ, ਤੁਸੀਂ ਹੁਣ ਅਫੀਸ਼ਲੀ ਸਿਟੀ ਦੇ ਕੌਂਸਲਰ ਹੋ। ਸਹੁੰ ਚੱਕਣ ਦੇ ਸਮਾਗਮ ਦੇ ਬਾਰੇ ਸੁਣਨ ਵਾਲਿਆਂ ਨੂੰ ਦੱਸੋ ਜੀ। ਬਾਈ ਜੀ ਉਹ ਜਦੋਂ ਆਪਾਂ ਮੰਡੇ 12 ਆਪਾਂ ਸਹੁੰ ਚੱਕੀ ਸੀ ਜੀ ਆਪਣੀ ਸਿਟੀ ਹਾਲ ਚ, ਉਹ ਕਿਹੜੀ ਫੀਲਿੰਗ ਯੂਨੋ ਆਪਣੀ ਭਾਈਚਾਰੇ ਨੇ ਮੈਨੂੰ ਉੱਥੇ ਪਹੁੰਚਾਇਆ ਜੀ। ਰਲ ਮਿਲ ਕੇ ਸਾਰਾ ਆਪਾਂ ਇੱਕ ਹੋ ਕੇ ਤੁਰੇ ਆ ਇਸ ਵਾਰੀ ਆਪਣੇ ਐਪੀਸੋਡ ਦੇ ਵਿੱਚ, ਇਹ ਬਹੁਤ ਮੈਨੂੰ ਬਹੁਤ ਮਾਣ ਦੀ ਗੱਲ ਹੈ। ਆਪਾਂ ਉੱਥੇ ਹੁਣ ਸ੍ਰੀ ਹਾਉਪ ਏਦਾਂ ਨਹੀਂ ਦੇਰਾ, ਮੈਂ ਉੱਥੇ ਪਹੁੰਚ ਕੇ ਆਪਣੇ ਸਾਰੇ ਭਾਈਚਾਰੇ ਉੱਥੇ ਸ੍ਰੀ ਹਾਉਪ ਪਹੁੰਚੇ ਹੋਏ ਆ, ਆਪਣੀ ਆਵਾਜ਼ ਬਣ ਕੇ ਆਪਾਂ ਉੱਥੇ ਕਰਨਾ ਕੰਮ। ਹੁਣ ਅੱਜ ਹੀ ਮੈਨੂੰ ਸਾਰੀ ਈਮੇਲ ਐਡਰੈਸ ਕਿਹੜੀ ਹੈਗੀ ਆ, ਕੰਪਿਊਟਰ ਸਾਰਾ ਕੁਛ ਅੱਜ 2 ਮਿਲਣਾ ਬਾਈ ਜੀ। ਇਸ ਤੋਂ ਬਾਅਦ ਆਪਾਂ ਕਿਹੜਾ ਹੈਗਾ ਕੰਮ, ਹੁਣ ਵੀ ਆਪਾਂ ਸਟਾਰਟ ਕਰ ਲਿਆ। ਕੋਈ ਆਪਣੇ ਐਪੀਸੋਡ ਦੀ ਐਨੀ ਇਸ਼ੂ ਹੋਵੇ, ਚਲੋ ਆਪਾਂ ਸਾਰੇ ਇਸ਼ੂ ਚ ਕਿਹੜੀ ਸਿਟੀ ਦੀ ਜੁਰਿਸਡਿਕਸ਼ਨ ਹੈਗੀ ਆ ਆਪਾਂ ਉਹਦੇ ਤੇ ਵੀ ਕੰਮ ਕਰਨੇ ਆ, ਹੋਰ ਵੀ ਕਿਹੜੇ ਹੈਗੇ ਆ ਇਫ ਆਪਾਂ ਨਹੀਂ ਕਰ ਸਕਦੇ, ਆਪਾਂ ਜਰੂਰ ਉਹ ਬੰਦਿਆਂ ਨਾਲ ਗੱਲ ਸੁਣਨੀ ਆ, ਕਿਤੇ ਰਾਈਟ ਕਨੈਕਸ਼ਨ ਕਰਨੀ ਆ, ਆਪਾਂ ਜਰੂਰ ਉਹ ਕਰਨੀ ਆ ਹੁਣ ਬਾਈ ਜੀ। ਅੱਛਾ ਜਿਹੜੇ ਹੁਣ ਜਿੱਤਣ ਤੋਂ ਲੈ ਕੇ ਸਹੁੰ ਚੁੱਕਣ ਤੱਕ ਕਮਿਊਨਿਟੀ ਨੂੰ ਓਬਵੀਅਸਲੀ ਤੁਸੀਂ ਸਾਰਿਆਂ ਨੂੰ ਮਿਲੇ ਹੋ, ਮੇਜਰ ਜਿਹੜੇ ਇਸ਼ੂਜ਼ ਕਮਿਊਨਿਟੀ ਦੇ ਦਿਮਾਗ ਦੇ ਵਿੱਚ ਕੀ ਨੇ? ਓਬਵੀਅਸਲੀ ਜਿਹੜਾ ਪਾਰਕ ਚ ਬਹਿੰਦਾ ਉਹਨੇ ਪਾਰਕ ਦੀ ਛੱਤ ਦੀ ਗੱਲ ਕਰਨੀ ਆ, ਟਰੱਕਰਸ ਕਹਿੰਦੇ ਨੇ ਸਾਡੇ ਕੋਲ ਪਾਰਕਿੰਗ ਹੈ ਨੀ, ਸੋ ਕੀ ਦਿਮਾਗ ਦੇ ਵਿੱਚ ਜਿਹੜਾ ਬਹਿੰਦਿਆਂ ਸਾਰ ਹੀ? ਓਬਵੀਅਸਲੀ ਤੁਸੀਂ ਇੱਕ ਵੋਟ ਹੈ ਤੁਹਾਡੀ ਉੱਥੇ, ਪਰ ਫੇਰ ਵੀ ਤੁਸੀਂ ਇੱਕ ਗੱਲ ਜਿਹੜੀ ਭੇਜ ਸਕਦੇ ਹੋ, ਤੋੜ ਸਕਦੇ ਹੋ, ਕੀ ਦਿਮਾਗ ਦੇ ਵਿੱਚ ਨੇ ਤੇ ਕੀ ਤੁਹਾਨੂੰ ਜਿਹੜਾ ਉਹ ਸੁਨੇਹਾ ਮਿਲਿਆ ਕਮਿਊਨਿਟੀ ਚ? ਇਹਦਾ ਕਿਹੜਾ ਮੇਨ ਆਪਾਂ ਬਾਈ ਜੀ ਜਦੋਂ ਆਪਣੇ ਭਾਈਚਾਰੇ ਨਾਲ ਇੱਥੇ ਐਪੀਸੋਡ ਚ ਗੱਲ ਕਰਦੇ ਸੀ, ਕਿਵੇਂ ਤੁਸੀਂ ਗੱਲ ਕਹੀ ਆ, ਇੱਦਾਂ ਹੀ ਸੀ ਜਿਹੜੇ ਆਪਣੇ ਬਜ਼ੁਰਗ ਬੰਦੇ ਹੈਗੇ ਆ, ਆਂਟੀਆਂ ਅੰਕਲਾਂ ਹੈਗੀਆਂ, ਉਹ ਪਾਰਕਾਂ ਦੇ ਗੱਲ ਕਰਦੇ ਹੁੰਦੇ ਆ, ਉੱਥੇ ਟਾਈਮ ਸਪੈਂਡ ਕਰਦੇ ਆ, ਆਪਦੇ ਉੱਥੇ ਕਿਹੜੇ ਹੈਗੇ ਆ, ਬਹਿੰਦੇ ਆ, ਉੱਠਦੇ, ਸਾਰੇ ਉੱਥੇ ਦੀ ਹੈਗੀ, ਉਹ ਵੀ ਹੈਗੀ ਆ ਇਸ਼ੂ।
ਉਹਦਾ ਵੀ ਹੁਣ ਦੇਖੋ ਸੰਡੇ ਵੀ ਮੈਂ ਆਪਣੇ ਅੰਕਲਾਂ ਨੇ ਜਾ ਕੇ ਤੇਰੇ ਖਿਆਨ ਸੰਦ ਲਿਆ ਕਹਿੰਦੇ ਪੁੱਤ ਇੱਥੇ ਵਾਸ਼ਰੂਮ ਹੈ ਨੀ ਉਹਦਾ ਵੀ ਹੁਣ ਆਪਾਂ ਦੇਖਣਾ ਕਿਵੇਂ ਆਪਾਂ ਉੱਥੇ ਐਟਲੀਸਟ ਟੈਂਪਰੇਰੀ ਵਾਸ਼ਰੂਮ ਲਾ ਸਕਦੇ ਹਾਂ ਹੋਰ ਵੀ ਹੈਗੇ ਆ ਕਿਹੜੇ ਟਰੱਕ ਪਾਰਕਿੰਗ ਦਾ ਇਹ ਵੀ ਬਹੁਤ ਵੱਡਾ ਮੁੱਦਾ ਹੈ ਜੀ ਪ੍ਰੋਵਿੰਸ਼ਲ ਗਵਰਨਮੈਂਟ ਦੇ ਵੀ ਹੱਥ ਆ ਇਹਦੇ ਚ ਹੈਗਾ ਦੈਟ ਉਹ ਬੰਦਿਆਂ ਨੇ ਉਹ ਵੀ ਪਾਰਟੀ ਕਿਹੜੀ ਹੈਗੀ ਆ ਉਹ ਸਪੋਰਟ ਉੱਥੇ ਚਾਹੀਦੀ ਹੈ ਕਿਹੜੀ ਏ ਆਰ ਲੈਂਡ ਦੇ ਵਿੱਚ ਸੋ ਜਦੋਂ ਹੁਣ ਆਪਾਂ ਆ ਗਏ ਹੁਣ ਸਿਟੀ ਹਾਲ ਸਾਰੇ ਨੇ ਉੱਥੇ ਆਪਾਂ ਨੂੰ ਪਹੁੰਚਾਇਆ ਆਪਾਂ ਉਹ ਕੰਮ ਕਰਨੇ ਆ ਪਤਾ ਕਰਨਾ ਸਿਟੀ ਦਾ ਕੀ ਇਸ਼ੂਜ ਹੈਗੇ ਆ ਕਿਉਂ ਨੀ ਉਹ ਸਪੋਰਟ ਕਰਦੇ ਕਿੱਥੇ ਕਰਦੇ ਕਿੱਥੇ ਨਹੀਂ ਕਰਦੇ ਆਪਾਂ ਫਿਰ ਉਹ ਰਲ ਮਿਲ ਕੇ ਉਸ ਕਿਹੜੀ ਹੈਗੀ ਆ ਡੈਲੀਗੇਸ਼ਨ ਨੂੰ ਮੈਂ ਚਾਹੁੰਦਾ ਸਿਟੀ ਆ ਉਹ ਵੀ ਆਵੇ ਐਂਡ ਬਾਅਦ ਚ ਆਪਾਂ ਜਾ ਕੇ ਪ੍ਰੋਵਿੰਸ਼ੀਅਲ ਕਿਹੜਾ ਹੈਗਾ ਆਪਾਂ ਪ੍ਰੀਮੀਅਰ ਨਾਲ ਉਹਦੇ ਨਾਲ ਵੀ ਗੱਲ ਕਰਨੀ ਆ ਤੁਸੀਂ ਹੁਣ ਹਾਈਵੇ ਦੀ ਐਕਸਪੈਂਸ਼ਨ ਦੀ ਸੋਚਦੇ ਆ ਉਹਦੇ ਨਾਲ ਵੀ ਤੁਸੀਂ ਟਰੱਕ ਪਾਰਕਿੰਗ ਦਾ ਵੀ ਸੋਚੋ ਸੋ ਟਰੱਕ ਪਾਰਕਿੰਗ ਦਾ ਇੱਕ ਵੱਡਾ ਇਸ਼ੂ ਆ ਜਿਹੜਾ ਸਾਹਮਣੇ ਖੜਾ ਤੇ ਤੁਸੀਂ ਜਦ ਕੈਂਪੇਨ ਦੇ ਵੇਲੇ ਤੁਹਾਡੇ ਦਿਮਾਗ ਦੇ ਵਿੱਚ ਦੀ ਵੀ ਕੁਛ ਸ਼ਹਿਰ ਦੇ ਨੇੜੇ ਕਿਤੇ ਜ਼ਮੀਨ ਕੋਈ ਪਈ ਹੈ ਆਪਾਂ ਬਾਈ ਜੀ ਕਿਹੜੀ ਗੱਲ ਆਪਾਂ ਇਲੈਕਸ਼ਨ ਨੇ ਕਿਹਾ ਸੀ ਹੁਣ ਦੇਖ ਲਓ ਆਪਣੇ ਐਪੀਸੋਡ ਦੇ ਵਿੱਚ ਏ ਐਲ ਆਰ ਲੈਂਡ ਐਗਰੀਕਲਚਰ ਲੈਂਡ ਰਿਜ਼ਰਵ ਦੇ ਦੋ ਟਰੱਕ ਪਾਰਕਿੰਗ ਅਲਾਓ ਕਰਦੇ ਆ ਲੈਂਗਲੀ 10 ਅਲਾਓ ਕਰਦੇ ਆ ਮੈਨੂੰ ਹੁਣ ਪਤਾ ਇਹ ਰੈਗੂਲੇਟਡ ਸਿਟੀ ਵੀ ਆਉਂਦੀ ਆ ਐਬਸਫੋਰਡ ਦੇ ਵਿੱਚ ਕਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਰੈਗੂਲੇਸ਼ਨ ਲਾਈ ਹੋਈ ਆ ਬਟ ਇਫ ਲੈਂਗਲੀ ਵੀ ਹੈਗੀ ਆ ਰੈਗੂਲੇਟਡ ਸਿਟੀ ਉਹ 10 ਅਲਾਓ ਕਰਦੇ ਸੋ ਆਪਾਂ ਐਬਸਫੋਰਡ ਦੇ ਵਿੱਚ ਇਹ ਵੀ ਗੱਲ ਆਪਾਂ ਸਟਾਰਟ ਕਰਨਾ ਮੰਗਦੇ ਆ ਦੈਟ ਕਿਉਂ ਨੀ ਆਪਾਂ ਦੋ ਤੋਂ 10 ਚ ਕਰ ਸਕਦੇ ਰਾਈਟ ਹੋਰ ਵੀ ਕਿਹੜੀ ਹੈਗੀ ਆ ਆਪਣੀ ਸਪੈਸ਼ਲ ਸਟੱਡੀ ਹੈ ਜਾਂ ਤੁਹਾਡੇ ਨਾਲ ਵੀ ਆਪਾਂ ਸਾਂਝੀ ਗੱਲ ਕੀਤੀ ਸੀ ਇਲੈਕਸ਼ਨ ਦੇ ਟਾਈਮ ਦੇ ਵਿੱਚ ਆਪਣੇ ਐਪੀਸੋਡ ਦੇ ਵਿੱਚ ਸਪੈਸ਼ਲ ਸਟੱਡੀ ਏਰੀਆਜ਼ ਏ ਐਂਡ ਬੀ ਉਹ ਇੰਡਸਟਰੀਅਲ ਲੈਂਡ ਰਿਜ਼ਰਵ ਵਾਸਤੇ ਏਅਰ ਮਾਰਕ ਕੀਤੀ ਹੋਈ ਆ ਦੋ ਵਾਰੀ ਐਪਲੀਕੇਸ਼ਨ ਸਿਟੀ ਨਹੀਂ ਭੇਜੀ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਦੋਨੇ ਟਾਈਮ ਉਹ ਐਪਲੀਕੇਸ਼ਨ ਡਿਕਲਾਈਨ ਕੀਤੀ ਹੋਈ ਆ ਸੋ ਮੈਂ ਵੀ ਐਡਵੋਕੇਟ ਕਰਦਾ ਜ਼ਰੂਰ ਇਹ ਕਿਹੜੀ ਹੈਗੀ ਆ ਸਟੱਡੀ ਏਰੀਆ ਚ ਤੁਸੀਂ ਪ੍ਰੋਵਿੰਸ਼ੀਅਲ ਗਵਰਨਮੈਂਟ ਤਾਂ ਕੁਛ ਤਾਂ ਕਰਨੀ ਆਪਾਂ ਨੂੰ ਕਰਨਾ ਪੈਣਾ ਕਿਉਂਕਿ ਹੁਣ ਇੰਡਸਟਰੀਅਲ ਲੈਂਡ ਇੱਕ ਤਾਂ ਬਹੁਤ ਮਹਿੰਗੀ ਹੋਈ ਜਾਂਦੀ ਦੋਸਤੀ ਕਿਹੜੀ ਹੈਗੀ ਗੱਲ ਮਿਲਦੀ ਵੀ ਨਹੀਂ ਇੰਡਸਟਰੀਅਲ ਲੈਂਡ ਆਪਣੇ ਐਪੀਸੋਡ ਦੇ ਵਿੱਚ ਸੋ ਵੀ ਹੈਵ ਟੂ ਇਨਕਰੀਸ ਆਰ ਸਪਲਾਈ ਅੱਛਾ ਹੋਰ ਜਿਹੜੀ ਕੋਈ ਦਿਮਾਗ ਦੇ ਵਿੱਚ ਅਖੀਰ ਦੇ ਵਿੱਚ ਕੋਈ ਸੁਨੇਹਾ ਸੁਣਨ ਵਾਲਿਆਂ ਨੂੰ ਜਿੱਤਣ ਤੋਂ ਬਾਅਦ ਤੇ ਹੁਣ ਕੌਂਸਲਰ ਬਣਨ ਤੋਂ ਬਾਅਦ ਹੁਣ ਕਹਾਣੀ ਸ਼ੁਰੂ ਹੋਣੀ ਹੈ ਹੁਣ ਹਨੀਮੂਨ ਪੀਰੀਅਡ ਓਵਰ ਹੋ ਜਾਣਾ ਹੁਣ ਜਿਹੜੀ ਕੰਪਲੇਂਟ ਆਉਣੀ ਹੈ ਕੋਈ ਇਹ ਯਾਦ ਰੱਖਿਓ ਇੱਕ ਤਾਂ ਤੁਸੀਂ ਕੌਂਸਲਰ ਹੋ ਸਿਟੀ ਦੇ ਇੱਕ ਤੁਸੀਂ ਭਾਈਚਾਰੇ ਦੇ ਵਿੱਚੋਂ ਕੌਂਸਲਰ ਹੋ ਤੇ ਭਾਈਚਾਰੇ ਦੀਆਂ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਹੋਣਗੀਆਂ ਜਿਹਦੇ ਵਿੱਚ ਕੁਛ ਤਾਂ ਇੰਨੀਆਂ ਛੋਟੀਆਂ ਹੋਣਗੀਆਂ ਵੀ ਤੁਹਾਨੂੰ ਇਹ ਲੱਗੂਗਾ ਵੀ ਯਾਰ ਮੈਂ ਇਹਦੇ ਤੇ ਕੀ ਕਰਾਂ ਹੁਣ ਤੇ ਕੁਛ ਇੰਨੀਆਂ ਵੱਡੀਆਂ ਹੋਣਗੀਆਂ ਜਿਹੜੀਆਂ ਤੁਹਾਡੇ ਲਈ ਥੋੜੇ ਜਿਹਾ ਐ ਹੋਊਗਾ ਵੀ ਇਹ ਮੇਰੇ ਲਈ ਔਖੀਆਂ ਨੇ ਪਰ ਫੇਰ ਵੀ ਉਹ ਸਾਰੀਆਂ ਲੈ ਕੇ ਚੱਲਣੀਆਂ ਪੈਣੀਆਂ ਨੇ ਮਿਹਨਤ ਕਰਨੀ ਪੈਣੀ ਆ ਮੈਂ ਇੱਥੇ ਦੇਖ ਰਿਹਾ ਸ਼ਹਿਰ ਦੇ ਵਿੱਚ ਸਰੀ ਚ ਸਾਡੀ ਕਮਿਊਨਿਟੀ ਬਹੁਤ ਵੱਡੀ ਹੈ ਤੇ ਕੌਂਸਲਰ ਜਿਹੜੇ ਨੇ ਕਮਿਊਨਿਟੀ ਦੇ ਵਿੱਚੋਂ ਦੋ ਹੈਗੇ ਆ ਪਰ ਉਹ ਕੰਮ ਜਿਹੜੇ ਨੇ ਬਹੁਤ ਕਰਨ ਵਾਲੇ ਨੇ ਕੰਮ ਸੌਖੇ ਨਹੀਂ ਹੈ ਕੰਮ ਬਹੁਤ ਕੁਛ ਕਰਨ ਵਾਲਾ ਸੋ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਬਾਜੀ ਮੈਂ ਤਾਂ ਕਹਿਣਾ ਮੰਗਦਾ ਆਪਣੇ ਭਾਈਚਾਰੇ ਨੇ ਬਹੁਤ ਆਪਾਂ ਨੂੰ ਮਾਣ ਦਿੱਤਾ ਪਿਆਰ ਦਿੱਤੇ ਵੋਟ ਵੀ ਦਿੱਤਾ ਸਾਰਾ ਕੁਛ ਦਿੱਤਾ ਹੁਣ ਮੇਰਾ ਟਾਈਮ ਆਇਆ ਸਾਰਿਆਂ ਦੇ ਭਾਈਚਾਰੇ ਦੇ ਵਾਸਤੇ ਕੰਮ ਕਰਨ ਤੁਸੀਂ ਮੈਨੂੰ ਕਿਹੜੇ ਇਸ਼ੂਜ਼ ਹੈਗੇ ਆ ਆਪਣਾ ਆਫਿਸ ਹੈਗਾ ਖਾਲਸਾ ਦੀਵਾਨ ਸੋਸਾਇਟੀ ਦੇ ਨਾਲ ਹੀ ਜੀ ਸਾਰਿਆਂ ਨੂੰ ਪਤਾ ਆਪਣੇ ਆਫਿਸ ਕਿੱਥੇ ਨੰਬਰ ਮੇਰਾ ਹੈਗਾ 604-621-1827 ਤੁਸੀਂ ਗੂਗਲ ਤੇ ਵੀ ਸਰਚ ਕਰਕੇ ਮੈਨੂੰ ਫੋਨ ਕਰਿਓ ਕੋਈ ਇਸ਼ੂ ਹੋਵੇ ਆਪਣੇ ਸਿਟੀ ਦੀ ਮੈਂ ਜਰੂਰ ਆਉਂ ਮੈਂ ਹਾਜ਼ਰ ਹਾਂ ਜੀ ਐਂਡ ਹੁਣ ਆਇਆ ਬੰਦੇ ਨੇ ਸਪੋਰਟ ਕੀਤਾ ਨਹੀਂ ਸਪੋਰਟ ਕੀਤਾ ਡਜ਼ਨਟ ਮੈਟਰ ਰਾਈਟ ਸਾਰੇ ਕਿਹੜੇ ਕੈਂਡੀਡੇਟਸ ਸਾਰਿਆਂ ਨੂੰ ਹੱਥ ਜੋੜ ਕੇ ਮੈਂ ਤੇਰੇ ਨਾਲ ਥੈਂਕ ਯੂ ਤੁਸੀਂ ਸਾਰਿਆਂ ਨੇ ਆਪਦਾ ਬਹੁਤ ਚੰਗਾ ਕੈਂਪੇਨ ਰਨ ਕੀਤਾ ਆਪਦੇ ਇਸ਼ੂਜ਼ ਵੀ ਮੁਰੇ ਲੈ ਕੇ ਆਏ ਆਪਾਂ ਹੁਣ ਇੱਕ ਹੋ ਕੇ ਕੰਮ ਕਰਨਾ ਸਾਰਿਆਂ ਵਾਸਤੇ ਐਨੀ ਇਸ਼ੂ ਆਪਣੀ ਸਿਰੀ ਐਪੀਸੋਡ ਦੇ ਵਿੱਚ ਹੋਵੇ ਮੈਨੂੰ ਜਰੂਰ ਫੋਨ ਕਰਿਓ ਆਪਾਂ ਰਲ ਮਿਲ ਕੇ ਕੰਮ ਕਰਨਾ ਬਜ਼ੁਰਗਾਂ ਵਾਸਤੇ ਜਵਾਕਾਂ ਵਾਸਤੇ ਸਾਰਿਆਂ ਵਾਸਤੇ ਕੰਮ ਕਰਨਾ ਜੀ ਇਹੀ ਹੈ ਮੇਰਾ ਮੈਸੇਜ ਐਂਡ ਐਨੀ ਟਾਈਮ ਮੈਨੂੰ ਫੋਨ ਕਰਿਓ ਆਇਓ ਆਪਣੇ ਆਪਾਂ ਬਹਿ ਕੇ ਗੱਲ ਕਰਦੇ ਹਾਂ ਐਂਡ ਕਿਹੜੀ ਰਿਜ਼ੋਲਵ ਕਰਨੀ ਹੈ ਇਸ਼ੂ ਉਹ ਵੀ ਆਪਾਂ ਉਹਦੇ ਤੇ ਵੀ ਮਿਹਨਤ ਕਰਕੇ ਜ਼ੋਰ ਲਾ ਕੇ ਸਾਰਿਆਂ ਵਾਸਤੇ ਕਰਨੀ ਹੈ ਜੀ ਇਹ ਕਿਉਂਕਿ ਇਹ ਬਹੁਤ ਇੱਕ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਵੋਟਾਂ ਹੋ ਗਈਆਂ ਗੱਲ ਨਿਬੜ ਗਈ
ਕਿਸੇ ਨੇ ਮਰਦੀ ਮਦਦ ਕੀਤੀ ਨਹੀਂ ਕੀਤੀ ਕਿਸੇ ਲਈ ਦਿਲ ਦੇ ਵਿੱਚ ਕੁਛ ਨਹੀਂ ਰੱਖਣਾ ਤੁਸੀਂ ਹੁਣ ਸਾਂਝੇ ਹੋ ਕੌਂਸਲਰ ਹੋ ਤੇ ਆਸ ਕਰਦਾ ਪਰਿਵਾਰਕ ਬੈਕਗ੍ਰਾਉਂਡ ਤੋਂ ਸਤਿਕਾਰਯੋਗ ਤੁਹਾਡੇ ਪਿਤਾ ਜੀ ਚਿਰਾਂ ਦੇ ਕਮਿਊਨਿਟੀ ਚ ਕੰਮ ਕਰਦੇ ਨੇ ਚਾਂਸਲਰ ਨੇ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਤੇ ਤੁਹਾਡੇ ਦਾ ਤੁਸੀਂ ਹਲੇ ਨੌਜਵਾਨ ਹੋ ਤੁਹਾਡੇ ਸਾਹਮਣੇ ਤੁਹਾਡੀ ਪੀੜ੍ਹੀ ਨੇ ਤਕੜੇ ਹੋਣਾ ਤੇ ਪੀੜ੍ਹੀ ਦੇ ਲਈ ਤੁਸੀਂ ਸ਼ਹਿਰ ਵਧੀਆ ਬਣਾਉਣਾ ਤੇ ਇਸ ਮੰਚ ਤੋਂ ਜਦ ਮਰਜ਼ੀ ਤੁਸੀਂ ਸੁਨੇਹਾ ਦੇਣਾ ਜਦ ਮੰਚ ਕੋਈ ਵੀ ਗੱਲ ਕਰਨੀ ਹੈ ਤੁਹਾਨੂੰ ਬਸ ਕੁਛ ਅੱਧਾ ਘੰਟਾ ਪੌਣਾ ਘੰਟਾ ਪਹਿਲਾਂ ਮੈਨੂੰ ਦੱਸਣਾ ਤੇ ਕਮਿਊਨਿਟੀ ਨਾਲ ਰਿਲੇਟਡ ਸਾਰੇ ਮਸਲੇ ਆਪਾਂ ਹੱਲ ਕਰ ਲੈਣੇ ਚੌਵੀ ਸ਼ਾਮਾਂ ਫੇਰ ਬਿਲਕੁਲ ਥੈਂਕ ਯੂ ਭਾਈ ਜੀ ਥੈਂਕ ਯੂ ਤੁਸੀਂ ਮੌਕਾ ਦਿੱਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਿੰਟ ਹੋਇਆ ਜੀ ਖਬਰਾਂ ਕੁਛ ਆਪਾਂ ਜਿਹੜੀਆਂ ਸੁਣਾਉਂਦੇ ਹੁੰਦੇ ਆ ਇੰਟਰਨੈਸ਼ਨਲ ਇਸ ਸ਼ੋ ਦੇ ਵਿੱਚ ਫਿਰ ਆਪਾਂ ਭਾਈਚਾਰੇ ਨਾਲ ਸੰਬੰਧਿਤ ਕੋਈ ਗੱਲਬਾਤ ਕਰਾਂਗੇ ਲਿਬੀਆ ਦੇ ਵਿੱਚ ਜਿਹੜੀਆਂ 24 ਦਸੰਬਰ ਨੂੰ ਜਿਹੜੀਆਂ ਵੋਟਾਂ ਦੀ ਗੱਲ ਚੱਲ ਰਹੀ ਹੈ ਲਿਬੀਆ ਜਿਹੜਾ ਦੇ ਵਿੱਚ ਹੁਣੇ ਇੱਕ ਸਟੈਬਲਾਈਜੇਸ਼ਨ ਦੀ ਕਾਨਫਰੰਸ ਹੋ ਗਈ ਹੈ ਤ੍ਰਿਪਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਅਬਦੁਲ ਹਮੀਦ ਦੇਵਾ ਉਹਦੇ ਵਿੱਚ ਸੀ ਤੇ ਉਸ ਤੋਂ ਬਾਅਦ ਹੁਣ ਉਹ ਦੁਬਾਰਾ ਫੇਰ ਵੋਟਾਂ ਦੀ ਗੱਲ ਚੱਲ ਰਹੀ ਹੈ ਵੀ 24 ਤਰੀਕ ਨੂੰ ਵੋਟਾਂ ਪੈਣਗੀਆਂ ਲਿਬੀਆ ਯੂਨਾਈਟਿਡ ਨੇਸ਼ਨ ਵਾਲੇ ਅਸਲ ਕੋਈ ਵੀ ਹੋਣ ਜੇ ਤਾਂ ਆਪਾਂ ਗੱਲ ਕਰੀਏ ਜਦ ਕੋਈ ਦੇਸ਼ ਹਿੱਲ ਜਾਂਦਾ ਹੁਣ ਇਹਦੇ ਨਾਲ ਜਦ ਜਿਹੜੀ ਲਿਬੀਆ ਦਾ ਪ੍ਰਾਈਮ ਮਿਨਿਸਟਰ ਅਬਦੁਲ ਹਮੀਦ ਤੇ ਉਸ ਤੋਂ ਬਾਅਦ ਫੋਰਨ ਮਿਨਿਸਟਰ ਤੇ ਉਸ ਤੋਂ ਬਾਅਦ ਕੁਵੈਤੀ ਫੋਰਨ ਮਿਨਿਸਟਰ ਸ਼ੇਖ ਅਹਿਮਦ ਨਾਸਰ ਅਲ ਮੁਹੰਮਦ ਅਲ ਸਾਬ ਉਹ ਪਹੁੰਚਿਆ ਸੀ ਤੇ ਨਾਲ ਸਾਊਦੀ ਅਰਬ ਦਾ ਫੋਰਨ ਮਿਨਿਸਟਰ ਪ੍ਰਿੰਸ ਫੈਸਲ ਬਿਨ ਫਰਹਾਨ ਉੱਥੇ ਪਹੁੰਚਿਆ ਸੀ ਕਿਉਂਕਿ ਲਿਬੀਆ ਦੇ ਵਿੱਚ ਸਾਊਦੀ ਅਰਬ ਦੀ ਬੜੀ ਦਖਲਅੰਦਾਜ਼ੀ ਸੀ ਮੁਸਲਿਮ ਬ੍ਰਦਰਹੁੱਡ ਦੇ ਖਿਲਾਫ ਉਹ ਕੰਮ ਕਰਦੇ ਸੀ ਤੇ ਹੁਣ ਦੋਨੇ ਹੀ ਪਹੁੰਚੇ ਹੋਏ ਨੇ ਇਹਦੇ ਚ ਫੋਰਨ ਮਿਨਿਸਟਰ ਨਜ਼ਲਾ ਅਲ ਮੰਗੂਸ਼ ਇਸਤਰੀ ਆ ਉਹ ਤੇ ਨਾਲ ਲਿਬੀਆ ਦਾ ਪ੍ਰਾਈਮ ਮਿਨਿਸਟਰ 21 ਅਕਤੂਬਰ 2021 ਲਿਬੀਆ ਨੂੰ ਸਟੇਬਲਾਈਜ਼ ਕਰਨ ਦੀ ਗੱਲ ਸਟੇਬਲਾਈਜ਼ ਤਾਂ ਪਹਿਲਾਂ ਹੀ ਸੀ ਜਦ ਹੁਣ ਢਾਤਾ ਹੁਣ ਫੇਰ ਬਣਾਉਣਗੇ ਤੇ ਬਾਹਰਲੀਆਂ ਤਾਕਤਾਂ ਜਿਹੜੀਆਂ ਨੇ ਉਹ ਇੰਡੋਰਸ ਕਰ ਰਹੀਆਂ ਨੇ ਵੀ 24 ਦਸੰਬਰ ਵਾਲੀ ਜਿਹੜੀ ਯੂਨਾਈਟਿਡ ਨੇਸ਼ਨ ਵੱਲੋਂ ਬੈਕਡ ਜਿਹੜੀ ਪੀਸ ਪਲਾਨ ਆ ਤੇ ਉਹਨੂੰ ਤੁਸੀਂ ਅਸੀਂ ਲਿਬੀਆ ਦੇ ਵਿੱਚ ਵੋਟਾਂ ਪਾਉਣੀਆਂ ਚਾਹੁੰਦੇ ਵੋਟਾਂ ਜਦ ਹੀ ਪੈਂਦੀਆਂ ਨੇ ਜਦ ਜਿਹੜੀ ਸੰਬੰਧਤ ਧਿਰ ਜ਼ੋਰ ਪਾ ਕੇ ਖੜੀ ਹੋਵੇ ਤੇ ਉਹਨੂੰ ਪਤਾ ਹੋਵੇ ਵੀ ਅਸੀਂ ਜਿੱਤ ਜਾਣਾ ਇੱਕ ਤਾਂ ਇਹ ਹੈ ਸਹਾਰਾ ਦੇ ਵਿੱਚ ਨੂੰ ਜੇ ਅੰਦਰ ਨੂੰ ਚਲੇ ਜਾਈਏ ਇਥੀਓਪੀਆ ਦੇ ਵਿੱਚ ਟਿਗਰੇ ਜਿਹੜਾ ਏਰੀਆ ਜਿੱਥੇ ਬਾਗੀ ਵਸਦੇ ਆ ਤੇ ਉਹਨਾਂ ਤੇ ਹੁਣ ਫੇਰ ਜਿਹੜੀ ਏਅਰ ਰੇਡਸ ਹੋ ਰਹੀਆਂ ਨੇ ਬੰਬਿੰਗ ਹੋ ਰਹੀ ਹੈ ਤੇ ਮਿਕਲ ਜਿਹੜੀ ਕੈਪੀਟਲ ਆ ਟਿਗਰੇ ਦੀ ਉੱਥੇ ਬੰਬਾਰਡਮੈਂਟ ਹੋ ਰਹੀ ਇੱਕ ਵਾਰ ਇਹ ਗੱਲ ਚੱਲ ਗਈ ਸੀ ਅਸਲ ਟਿਗਰੇ ਪੀਪਲਜ਼ ਲਿਬਰੇਸ਼ਨ ਫਰੰਟ ਰੈਬਲ ਗਰੁੱਪ ਆ ਜਿਹੜਾ ਉਹਨਾਂ ਤੇ ਹੁਣ ਇਹ ਸਖਤੀ ਹੋ ਰਹੀ ਹੈ ਉਹਨਾਂ ਨੇ ਜਿਹੜੀ ਬੱਚੇ ਵੀ ਇਹਦੇ ਵਿੱਚ ਮਾਰੇ ਗਏ ਅਸਲ ਲੜਾਈ ਜਿਹੜੀ ਨਵੰਬਰ 2020 ਦੇ ਵਿੱਚ ਫੈਡਰਲ ਟਰੂਪਸ ਦੀ ਤੇ ਟਿਗਰੇ ਲੋਕਾਂ ਦੀ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹ ਚੱਲ ਪਈ ਜਿਹਦੇ ਵਿੱਚ ਦੋ ਮਿਲੀਅਨ ਦੇ ਕਰੀਬ 20 ਲੱਖ ਦੇ ਕਰੀਬ ਲੋਕ ਘਰਾਂ ਤੋਂ ਚਲੇ ਗਏ ਤੇ ਹਜ਼ਾਰਾਂ ਹੀ ਇਹਦੇ ਚ ਮਾਰੇ ਗਏ ਦੁਬਾਰਾ ਹੁਣ ਫੇਰ ਵਾਪਸ ਜਿਹੜੇ ਉਹ ਲੋਕ ਆ ਗਏ ਸੀ ਟਿਗਰੇ ਦੇ ਲਿਬਰੇਸ਼ਨ ਫਰੰਟ ਦੇ ਪਰ ਹੁਣ ਦੁਬਾਰਾ ਫੇਰ ਕਿਉਂਕਿ
मैं पहला कहा संयुक्त राष्ट्र दी गल्लां तां चलदियां ने पर संयुक्त राष्ट्र किसी देश दे विच जिथे देश अगे है उथे नहीं बढ़ते। पाकिस्तान का फॉरन मिनिस्टर जिहड़ा तालिबाना नूं मिलन अफगानिस्तान दे विच आया ते उधरों तालिबान ने जिहड़े एक्टिंग फॉरन मिनिस्टर अमीर खान मुत्ताकी ते सॉरी जिहड़ा अमीर खान मुत्ताकी है ते जिहड़े एक्टिंग तां कहिंदे ने हले सरकार जिहड़ी सैट करनी है पाकिस्तान का फॉरन मिनिस्टर शाह महमूद कुरैशी जिहड़ा काबल दे विचों मिले ने। अच्छा हुण मैं कल भी तुहानूं दस्सी सी कि रशिया दे विच समिट उहदे विच वड्डे देश पाकिस्तान भी है ते नाल भारत भी है, कहिंदे नाओ अफगानिस्तान छेती, रूस भी है ते चीन भी है, सब कट्ठे हो तालिबान जोर फड़ रहे ने, तालिबाना नूं हां मिल रही है, देख लिया ना 20 साल करके कम भी ये किसे तो सूत नहीं आउणी, उहनां नूं उत्थे छड्डणा पैणा। अच्छा जिहड़ी एक होर खबर है तुर्की दी, तुर्की दे विच महंगाई ने तुर्की ने बस करा दित्ती ते सेंट्रल बैंक जिहड़ी है उसने फेर होर रेट कट कर दिता, बहुत महंगाई जिहड़ी है जिहड़ी ओह उहने बस कराती लोकां दी ते पर तुर्की का बेंच मार्क इंटरस्ट रेट जिहड़ा होर 2% घटाता हुण 16% ते हले भी इत्थे 2-3% ते आपां तुरे फिरदे हां, 4-4% ते बहुत सस्ता है और जिथे भी यह महंगाई वधदी है इंटरस्ट रेट वधदा, इंटरस्ट रेट वधदा तां फिर असीं रिसैशन आले पासे तुरदे हां। मार्केट इन्नी स्टेबल जिहड़ी घरां दी टोरंटो ते वैनकूवर दे विच होई है उहदियां गल्लां बातां तां चलदियां ने कि इह बबल है जी, बबल है, कोई बबल बुबल नहीं है, बहुत चिर हो गया इह बबल की हो जाणा, इत्थे कित्थे एक प्रॉपर्टी आ 20 खरीदण वाले खड़े आ, पैसा फ्लो ही बहुत हो रहा, पैसे ते कोड ऑफ कंडक्ट जिवें अमेरिका दे विच तुसीं लिया नहीं सकदे, इत्थे तां खुल खेड आ हले, पता है सरकारां नूं भी पता, वो कहते आन दो पैसा की कर लेना, दुनिया दे बिचों लोग आना चाहते ने, कनेडा च वसना चाहते ने आके, उन्होंने ये है बी इत्थे आके वसीए, आराम आ, इत्थे कोई तंगी नहीं है, इहदे करके मनी फ्लो कर रही है, विजिट ते आए हो, वर्क परमिट ते आए हो, घर तुसीं खरीद सकते हो, मार्केट बहुत स्ट्रोंग है। अगे नूं चलदा एक कॉलर ने गलबात करन, सर करमजीत सिंह जी लाइन नंबर 2 गल जी, मैं आईसीबीसी बारे थोड़ी गल करना चाहुंदा सी, कर सकदे जां कोई होर किसे दिन? नहीं जी शोर करो करो जरूर करो ब्रीफली सीगी क्योंकि जे अज अप्रैल 2021 तो बाद किसे दा भी एक्सीडेंट हुंदा ਤਾਂ ਉਹਦੇ ਉਹਨੂੰ ਕੋਈ ਕੰਪਨਸੇਸ਼ਨ ਨਹੀਂ ਮਿਲਣੀ, ਸਿਰਫ ਉਹਨੂੰ ਵੇਜ ਲੋਸ ਮਿਲਣਾ, ਤਾਂ ਉਹਦਾ ਮੈਡੀਕਲ ਦਾ ਐਕਸਪੈਂਸ ICBC ਨੇ 12 ਮਹੀਨੇ ਲਈ ਕਵਰ ਕਰਨਾ। ਕਿਉਂਕਿ ਅੱਗੇ ਜਿਹੜੇ ਆਪਣੇ ਵਕੀਲ ਸਾਹਿਬ ਕਈ ਵਾਰੀ ਆਉਂਦੇ ਸੀ ਉਹ ਕਹਿੰਦੇ ਸੀ ਜੀ 5200 ਦਾ ਕੈਪ ਲੱਗਿਆ ਹੋਇਆ, ਉਹ ਕੈਪ ਇਹਨਾਂ ਨੇ ਹੁਣ ਰਿਮੂਵ ਕਰਤਾ, ਹੁਣ ਕੋਈ ਤੁਹਾਡੇ ਕੋਲੇ ਕੰਪਨਸੇਸ਼ਨ ਨਹੀਂ ਜੀ ਅੱਜ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਚਾਹੇ ਤੁਹਾਡੀ ਗਲਤੀ ਹੈਗੀ ਆ ਚਾਹੇ ਹੈ ਨਹੀਂ, ਚਾਹੇ ਤੁਸੀਂ ਪੈਸੰਜਰ ਆ ਚਾਹੇ ਤੁਸੀਂ ਰੀਅਰ ਐਂਡਡ ਆ ਫਰੰਟਡ ਐਂਡਡ ਹਿੱਟ ਹੋਏ ਆ, ਡਜ਼ਨ ਮੈਟਰ, ਯੂ ਹੈਵ ਨੋ ਕੰਪਨਸੇਸ਼ਨ, ਯੂ ਹੈਵ ਨੋ ਇੰਜਰੀ ਲੋਸ। ਆਹ ਆਪਣੇ ਦਿਨ ਸੀ ਜੀ ਅੱਜ ਦੀ। ਹਾਂਜੀ ਕਰਮਜੀਤ ਸਿੰਘ ਜੀ, ਆਪਾਂ ਇਹਨਾਂ ਨੇ ਉਹ ਫਿਕਸ ਕਰ ਦਿੱਤਾ ਸੀ ਪਰ ਉਹਨੂੰ ਸੋਫਟ ਟਿਸ਼ੂ ਇੰਜਰੀਜ ਜਿਹੜਾ ਕਿਹਾ ਸੀ ਇਹ ਜੀ, ਚਲੋ ਮੈਂ ਕਿਸੇ ਦਾ ਵੀ ਨਾਂ ਨਹੀਂ ਲੈਣਾ ਚਾਹੁੰਦਾ, ਇਹ ਅੱਜ ਦੀ ICBC ਨਾਲ ਡਿਸਕਸ ਹੋਈ ਆ ਉਸ ਪਰਸਨ ਦੀ, ਤੇ ICBC ਨੇ ਉਸ ਗੱਲ ਦੀ ਸਾਡੇ ਕੋਲੇ ਰਿਕਾਰਡਿੰਗ ਵੀ ਹੈਗੀ ਆ ਵੀ ਜਿਹੜੀ ਕਿ ICBC ਦੇ ਅਫੀਸ਼ੀਅਲ ਨੇ ਡਿਕਲੇਅਰ ਕੀਤੀ ਆ ਕਿ ਤੁਹਾਡੇ ਕੋਲੇ ਕੋਈ ਹੁਣ ਕੰਪਨਸੇਸ਼ਨ ਰਾਈਟ ਹੈ ਨਹੀਂ ਗਾ, ਵੀ ਆਲਰੇਡੀ ਇਲੀਮੀਨੇਟ ਫਰੋਮ ਅਪ੍ਰੈਲ 1st 2021। ਸੋ ਸਿਰਫ ਤੇ ਸਿਰਫ ਵੇ ਜਿਹੜਾ ਤੁਸੀਂ ਕੰਮ ਕਰਦੇ ਹੋ ਵੇਜ ਲੋਸ ਵੀ ਤੁਹਾਨੂੰ 1 ਵੀਕ ਬਾਅਦ ਮਿਲਣਾ, 1 ਵੀਕ ਵੇਟਿੰਗ ਪੀਰੀਅਡ। ਤੇ ਡਾਕਟਰ ਦਾ ਖਰਚਾ? ਡਾਕਟਰ ਦਾ ਖਰਚਾ ਸਾਰਾ ਮੈਡੀਕਲ ਐਕਸਪੈਂਸ ਉਹ ਪੇ ਕਰਨਗੇ, ਚਾਹੇ ਐਕੂਪੈਂਚਰ ਆ ਚਾਹੇ ਤੁਹਾਡਾ ਫਿਜ਼ੀਓਥੈਰੇਪਿਸਟ ਆ। ਹਾਂਜੀ
ਕਿਉਂਕਿ ਅੱਜ ਦੀ ਅੱਜ ICBC ਦੇ ਅਫੀਸ਼ਲ ਨਾਲ ਗੱਲ ਹੋਈ ਹੈ, ਉਹ ਬੰਦੇ ਦਾ ਐਕਸੀਡੈਂਟ ਹੋਇਆ ਹੋਇਆ ਸੀਗਾ, ਉਹਨਾਂ ਨੇ ਉਹਨਾਂ ਨੂੰ ਅੱਜ ਦੱਸਿਆ ਵੀ ਤੁਹਾਡੇ ਕੋਲ ਕੋਈ ਕੰਪਨਸੇਸ਼ਨ ਨਹੀਂ ਗਾ, ਉਹ ਕੋਈ ਵੇਜ ਲਾਸ ਇੰਜਰੀ ਦਾ ਤੁਹਾਡੇ ਕੋਲ ਰਾਈਟ ਹੈ ਨਹੀਂ ਗਾ, ਵੀ ਆਲਰੇਡੀ ਇਲੀਮੀਨੇਟ ਫਰੋਮ ਅਪ੍ਰੈਲ ਫਸਟ 2021. ਇਲੀਮੀਨੇਟ ਕਰਤਾ ਜੀ, ਸਭ ਕੁਛ ਇਲੀਮੀਨੇਟ ਕਰਤਾ. ਉਹ ਕਹਿੰਦੇ ਜਿਹੜੀਆਂ ਆਹ ਚੇਕਾਂ ਤੁਹਾਨੂੰ ਆਈਆਂ ਉਹ ਇਸੇ ਕਰਕੇ ਤੁਹਾਡਾ ਪ੍ਰੀਮੀਅਮ ਡੀਕਰੀਜ਼ ਕੀਤਾ, ਇਸੇ ਕਰਕੇ ਉਹ ਉਸ ਚੀਜ਼ ਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਆ ਜੀ, ਉਹਨਾਂ ਨੇ ਜਿਹੜੀ ਉਹਨਾਂ ਨੇ ਗੱਲਬਾਤ ਸਾਡੇ ਨਾਲ ਕੀਤੀ ਹੈ ਦੱਸੀ ਆ. ਇਹ ਨੀ ਮੈਂ ਕੋਈ ਅਨਅਫੀਸ਼ਲ ਗੱਲ ਕਰ ਰਿਹਾ, ਵੀ ਥੋੜਾ ਜਿਹਾ ਅਨੁਸਾਰਧਨ ਹੋ ਸਕਦਾ ਤੁਸੀਂ ਕਿਸੇ ICBC ਦੇ ਲੋਹੇ ਨੂੰ ਲਿਆ ਕੇ ਇਹਦੇ ਨਾਲ ਗੱਲਬਾਤ ਕਰ ਸਕਦੇ ਆ ਇਸ ਵਿਸ਼ੇ ਦੇ ਉੱਤੇ. ਹਾਂਜੀ, ਉਹ ਦੋ ਕਰੂੰਗਾ ਲੈ ਕੇ ਕਹਿੰਦੇ ਸੀਗਾ $5,256 ਦਾ ਕੈਪ, ਪਰ ਉਹ ਹੁਣ ਕਹਿੰਦੇ ਉਹ ਵੀ ਇਲੀਮੀਨੇਟ ਹੋ ਗਿਆ ਅਪ੍ਰੈਲ ਫਸਟ ਤੋਂ. ਥੈਂਕ ਯੂ ਸਰ ਜੀ, ਥੈਂਕ ਯੂ ਫਾਰ ਦਾ ਟਾਈਮ. ਧੰਨਵਾਦ ਜੀ. ਜਿਹੜੀ ਗੱਲ ਕਹਿ ਕੇ ਗਏ ਨੇ ਸੁਧਾਕਰਨਜੀਤ ਸਿੰਘ ਹੋਣੀ, ਉਹ ਗੱਲ ਤਾਂ ਸਾਨੂੰ ਪਤਾ ਹੈ ਵੀ ਤੁਹਾਡੇ ਦੇਵੜੀ ਵੀ ਉਹਨਾਂ ਨੇ ਕਿਹਾ ਸੀ ਵੀ ਖਰਚੇ ਘਟਾਉਣੇ ਪੈਣੇ ਨੇ, ਖਰਚੇ ਘਟਾਉਣੇ ਨੇ ਤਾਂ ਤੁਹਾਡਾ ਸਸਤਾ ਹੋਜੂ, ਨਹੀਂ ਤਾਂ ਦੇਈ ਚਲੋ. ਡੰਪਸਟਰ ਫਾਇਰ ਦੀ ਗੱਲ ਚੱਲੀ ਸੀ, $1 billion ਲੈ ਗਏ ਚੱਕ ਕੇ ਤੇ ਉਹ ਨੰਗ ਮਲੰਗ ICBC ਹੋਈ ਹੋਈ ਸੀ, ਉਹਨਾਂ ਨੇ ਹੁਣ 100, 200, 300, 300 ਦੇ ਚੈੱਕ ਚੁੱਕ ਤਾਂ ਤੁਹਾਨੂੰ ਭੇਜਤੇ ਤੇ ਸਸਤਾ ਵੀ ਹੋਇਆ, ਇੰਸ਼ੋਰੈਂਸ ਵੀ ਸਸਤਾ ਹੋਇਆ, ਇਹ ਚ ਕੋਈ ਸ਼ੱਕ ਨਹੀਂ ਹੈ. ਨਵੇਂ ਡਰਾਈਵਰਾਂ ਨੂੰ ਪਰ ਉਹ ਨਾਲ ਬੰਨ ਵੀ ਦਿੱਤਾ, ਇੱਕ ਗੱਡੀ ਘਰ ਦੀ 3G ਚਲਾਉਂਦੇ ਨੇ ਉਹ ਦੋਨੇ ਜੀਆਂ, ਜਿਹੜੇ ਨਵੇਂ ਡਰਾਈਵਰ ਨੇ ਐਨ ਜਾਂ ਐਲ ਵਾਲੇ, ਜੇ ਉਹਨਾਂ ਦਾ ਨਾਂ ਨਹੀਂ ਲਿਖਦੇ ਉਹਨਾਂ ਤੋਂ ਐਕਸੀਡੈਂਟ ਹੋ ਗਿਆ, ਕਵਰੇਜ ਕੋਈ ਨਹੀਂ ਹੈ ਉਹਨਾਂ ਦੇ, ਜਦ ਲਿਖਾਉਣੇ ਉਹ ਨਾਂ. ਹੁਣ ਬੱਚੇ ਤਾਂ ਹਰ ਇੱਕ ਘਰ ਚ ਨੇ, ਨਿਊ ਡਰਾਈਵਰ ਹਰ ਇੱਕ ਘਰ ਚ ਨੇ, ਇੰਸ਼ੋਰੈਂਸ ਤੁਹਾਡਾ ਫੇਰ ਵੱਧ ਜਾਂਦਾ ਤੁਹਾਡਾ 40-42% ਜਿੰਨਾ ਡਿਸਕਾਊਂਟ ਉਹਨੂੰ ਚੱਕ ਦਿੰਦੇ ਆ. ਪਰ ਆਹ ਜਿਹੜੀ ਇਹ ਗੱਲ ਦੱਸ ਕੇ ਗਏ ਨੇ ਵੀ ਅੱਜ ਦੀ ਲੇਟੈਸਟ ਇਹ ਆ ਵੀ ਕੋਈ ਕੰਪਨਸੇਸ਼ਨ ਨਹੀਂ, ਕੋਈ ਤੁਹਾਡਾ ਪੇਨ ਐਂਡ ਸਫਰਿੰਗ ਨਹੀਂ. ਪਹਿਲਾਂ $5,600+ ਕਿਹਾ ਸੀ ਮੈਂ ਲੈ ਕੇ ਆਊਂਗਾ ਵਕੀਲ ਸਾਹਿਬ ਨੂੰ ਬ੍ਰਿਜਮੋਹਨ ਉਹਨਾਂ ਨੂੰ ਛੇਤੀ ਹੋਈ, ਉਹ $5,600 ਦੀ ਗੱਲ ਸੀ ਵੀ ਉੱਕਾ ਮਿਲੂ. ਹੁਣ ਉਹ ਗੱਲਾਂ ਗਈਆਂ ਵੀ ਲੱਖ 2 ਲੱਖ 1.5 ਲੱਖ ਜਿਹੜੇ ਮਿਲਦੇ ਸੀ ਉਹ ਗੱਲਾਂ ਕੱਲ੍ਹ ਦੀਆਂ ਹੋ ਗਈਆਂ, ਪਰ ਉਹ ਸਾਫਟ ਇਸ਼ੂ ਦੀ ਗੱਲ ਕਰਦੇ ਸੀ. ਬੜਾ ਐਕਸੀਡੈਂਟ ਹੋ ਗਿਆ, ਕੰਮ ਤੋਂ ਬੰਦਾ ਆ ਰਹੀ ਹੋ ਗਿਆ, ਕੰਮ ਤੇ ਜਾਣ ਜੋਗਾ ਨਹੀਂ, ਉਹਦੀ ਕੋਈ ਗੱਲ ਹੋ ਸਕਦੀ ਹੈ. ਪਰ ਹੁਣ ਇਹ ਜਿਹੜਾ ਜਮਾ ਹੀ ਖਤਮ ਕਰ ਦਿੱਤਾ ਵੀ ਕੋਈ ਫਿਕਸ ਏ ਹੈ ਨਹੀਂ, ਮਨੀ ਉਹ ਕਿਤੋਂ ਨਹੀਂ ਮਿਲਣੀ ਤੁਹਾਡੇ ਜਿਹੜੇ ਵੇਜ ਲਾਸਿਸ ਤੇ ਉਸ ਤੋਂ ਬਾਅਦ ਜਿਹੜਾ ਕੋਈ ਡਾਕਟਰ ਦਾ ਤੁਹਾਡਾ ਕਵਰ ਹੀ ਹੈ ਸਾਡਾ ਹੈਲਥ ਕੇਅਰ ਦੇ ਵਿੱਚ, ਹੋਰ ਜਿਹੜੀਆਂ ਆਲੇ ਦੁਆਲੇ ਜਾਣਾ ਤੁਰਿਆ ਫਿਰਨਾ ਉਹ ਮੇ ਬੀ ਕਵਰੇਜ ਹੋਵੇ. ਪਰ ਇਹਦੇ ਹਿਸਾਬ ਨਾਲ ਤਾਂ ਫਿਰ ਜਿਹੜਾ ਅਸੀਂ ਨਮਾਣ ਵਾਲੇ ਪਾਸੇ ਨੂੰ ਗੱਲ ਚੱਲ ਪਈ ਸਾਡੀ, ਤਾਂ ਫਿਰ ਇਸਦੀ ਮੈਂ ਪ੍ਰੋੜਤਾ ਕਰ ਸਕਦਾ, ਪਰ ਮੈਂ ਵਕੀਲ ਸਾਹਿਬ ਨੂੰ ਲੈ ਕੇ ਆਉਂ. ਸਰ ਰਘਵੀਰ ਸਿੰਘ ਸਿੱਧੂ ਜੀ, ਲਾਈਨ ਨੰਬਰ 2. ਸਤਿ ਸ੍ਰੀ ਅਕਾਲ ਗੁਰ ਸਾਹਿਬ. ਸਤਿ ਸ੍ਰੀ ਅਕਾਲ ਬਾਈ ਜੀ. ਆ ਜਿਹੜੀ ਤੁਸੀਂ ਹੁਣੇ ਗੱਲ ਕਰੀ ਨਾ ਨਵੇਂ ਡਰਾਈਵਰ ਦੀ, ਮੇਰੇ ਬੱਚਾ ਕੋਲੇ 9 ਸਾਲ ਕੇ ਆਲਮੋਸਟ 10 ਸਾਲ ਦਾ ਐਕਸਪੀਰੀਅੰਸ ਹੈ ਤੇ ਮੈਂ ਉਹ ਐਡ ਕਰਾਇਆ, ਮੈਂ ਉਹਨਾਂ ਦਾ ਐਕਸਟਰਾ ਪੇ ਕਰ ਰਿਹਾ ਜੀ, ਉਹਨਾਂ ਦਾ ਵੀ ਮੈਂ ਪੇ ਕਰ ਰਿਹਾ ਐਡ ਕਰਾਉਣ ਦਾ, ਜਿਹੜੇ ਪੁਰਾਣੇ ਵੀ ਹੈ, ਇਹ ਮੈਂ ਦੱਸਾਂ ਤੁਹਾਨੂੰ ਜੀ. ਧੰਨਵਾਦ ਜੀ, ਥੈਂਕ ਯੂ. ਜਿਹੜੀ ਮੈਂ ਗੱਲ ਅੱਜ ਕਰਨੀ ਆ ਤੁਹਾਡੇ ਨਾਲ ਉਹ ਇਹ ਹੈ ਕਿ ਜਿਹੜੇ ਲੋਕਲ ਪੇਪਰਾਂ ਦੇ ਵਿੱਚ ਤੁਸੀਂ ਛਪਿਆ ਜਿਹੜਾ ਵਿਆਹ ਹੋਇਆ 192 ਤੇ, ਪਿਛਲੇ ਦਿਨੀ MP ਦੀ ਚੋਣ ਲੜੀ ਹੈ ਗੀਤ ਗਰੇਵਾਲ ਨੇ ਤੇ ਨਾਲ ਉਸਦੇ ਪੰਜਾਬੀ ਸਿੰਗਰ ਪਰਮੀਸ਼ ਵਰਮਾ ਦਾ ਵਿਆਹ ਹੋਇਆ. ਦੇਖੋ ਇੱਕ ਗੱਲ ਮੈਂ ਇੱਥੇ ਕਲੀਅਰ ਕਰਾਂ ਵੀ ਧੀਆਂ ਜਿਹੜੀਆਂ ਸਭ ਦੀਆਂ ਤਿਆਰੀਆਂ ਨੇ ਤੇ ਸਭ ਦੀਆਂ ਹੀ ਬਰਾਬਰ ਨੇ, ਕੋਈ ਫਰਕ ਨਹੀਂ ਹੈ ਇਹਦੇ ਵਿੱਚ, ਕੋਈ ਵੀ ਡਿਫਰੈਂਸਿਸ ਕਿਸੇ ਨਾਲ ਹੋਣ, ਬੱਚਿਆਂ ਦੇ ਕਿਸੇ ਦੇ ਡਿਫਰੈਂਸਿਸ ਨਹੀਂ ਹੋਣੇ ਚਾਹੀਦੇ, ਬੱਚੇ ਸਾਰਿਆਂ ਦੇ ਇੱਕੋ ਜਿਹੇ ਨੇ, ਇਹ ਇਹ ਜ਼ਰੂਰ ਆਪਾਂ ਨੂੰ ਦਿਮਾਗ 'ਚ ਰੱਖਣਾ ਚਾਹੀਦਾ. ਹੁਣ ਇਹ ਵਿਆਹ ਜਿਹੜਾ ਦੋ ਇਹਦੇ ਤੇ ਥੋਟਸ ਬਰਾਬਰ ਚੱਲਦੇ ਆ, ਇੱਕ ਪੰਜਾਬੀ ਸੁਭਾਅ ਜਿਹੜਾ ਅਮੀਰ ਬੰਦੇ ਦਾ ਆਪਣੇ ਧੀ ਪੁੱਤਾਂ ਦੇ ਵਿਆਹ ਤੇ ਘਰ ਤੇ ਕਾਰਾਂ ਗੱਡੀਆਂ ਤੇ ਉਹਨੇ ਉੱਥੇ ਹੀ ਪੈਸਾ ਦਿਖਾਉਣਾ, ਹੋਰ ਹੁਣ ਉਹਨੇ ਸੋਨੇ ਦੀ ਰੋਟੀ ਤਾਂ ਖਾਣੀ ਨਹੀਂ, ਕਣਕ ਦੀ ਰੋਟੀ ਜਗ੍ਹਾ ਉਹਨੂੰ ਜਿਸ ਦਿਨ ਸਮਾਂ ਮਿਲਣਾ ਉਹਨੇ ਘਰ ਬੜਾ ਬਣਾਉਣਾ, ਉਹ ਕਾਰ ਹੋਣਾ ਮਿਲੀਅਨ ਮੁਲੀਅਨ ਵਾਲੀ ਕਾਰ, ਤਾਂ ਪੰਜਾਬੀ ਉਹੀਓ ਗੱਲਾਂ ਕਰਨ ਲੱਗ ਗਏ ਨਾ, 7 ਲੱਖ ਦੀ
ਨੌ ਬੜੇ ਪੁੱਠੇ ਸਿੱਧੇ ਜੇ ਨੇ ਵਿੱਤ ਤਲਮੇ ਤਾਂ ਲੈਣੇ ਵੀ ਨੀ ਆਉਂਦੇ। ਤੇ ਅੱਛਾ ਹੁਣ ਕਈ ਭਾਈਚਾਰੇ ਦੇ ਵਿੱਚ ਹੀ ਲੋਕ ਉਹ ਨੇ ਜਿਹੜੇ ਸੌ ਦੋ ਸੌ ਮਿਲੀਅਨ ਡਾਲਰ ਲਈ ਫਿਰਦੇ ਨੇ ਪਰ ਉਹ ਗੱਡੀ ਹਲੇ ਵੀ ਲੱਖ ਡੇਢ ਲੱਖ ਦੀ ਚਲਾਉਂਦੇ ਨੇ, ਉਹ ਕਹਿੰਦੇ ਨਹੀਂ ਯਾਰ ਅਸੀਂ ਨੋਰਮਲ ਘਰਾਂ ਚ ਰਹਿਣਾ, ਅਸੀਂ ਨਹੀਂ ਕਰਨਾ ਇਹੋ ਜਿਹਾ ਕੁਛ। ਅੱਛਾ ਕਈਆਂ ਨੂੰ ਇਹ ਹੁੰਦਾ ਵੀ ਪੈਸੇ ਆ ਗਏ ਹੁਣ ਮੈਂ ਪੈਸੇ ਕਰਨੇ ਕੀ ਨੇ, ਇਹ ਜਦ ਬਣਦੇ ਆ ਫਿਰ ਵਾਫਰ ਬਣ ਜਾਂਦੇ ਆ ਬਹੁਤ। ਉਹ ਦਿਖਾਉਂਦਾ ਤਾਂ ਹੈਗਾ ਬੰਦਾ ਕਿਤੇ ਨਾ ਕਿਤੇ, ਗੱਲਾਂ ਚ ਦਿਖਾ ਦੂ, ਘਰ ਚ ਦਿਖਾ ਦੂ, ਫਰਨੀਚਰ ਚ ਦਿਖਾ ਦੂ, ਤੇ ਉਹ ਦਿਖਾਊਗਾ ਜ਼ਰੂਰ। ਤੇ ਇਹ ਹੁਣ ਵਿਆਹ ਨੇ ਬਹੁਤ ਗੱਲਾਂ, ਇੱਕ ਤਾਂ ਇਹ ਆ ਜਿਹੜੀ ਪੇਪਰਾਂ ਛਪਦੀ ਆ, ਇੱਕ ਜਿਹੜੀ ਇੰਸਟਾਗ੍ਰਾਮ ਤੇ ਜਵਾਕ ਦੇਖਦੇ ਆ ਜਿਹਨਾਂ ਜਵਾਕਾਂ ਚ ਚੁੰਝ ਚਰਚਾ ਛੇੜੀ ਹੋਈ ਹੈ। ਜਵਾਕ ਹਰ ਇੱਕ ਮਾਪੇ ਨੂੰ ਦਿਖਾਉਂਦਾ, ਡੈਡ ਆ ਦੇਖ ਆਹ ਬੈਂਟਲੇ ਦਾ SUV ਹੈ, ਇਹ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨੂੰ ਦਿੱਤਾ, ਚਾਰ ਪੰਜ ਲੱਖ ਦਾ। ਵਿਸ਼ ਵਰਮਾ 3 ਕਰੋੜ ਰੁਪਈਆ ਪੰਜਾਬ ਤੋਂ ਲਿਆ ਕੇ ਉਹਨੇ ਦਿੱਤਾ, ਤੇ ਹੁਣ ਕਹਿੰਦੇ ਨੇ ਤੇ ਇਹ ਪਰਮੀਸ਼ ਵਰਮਾ ਨੂੰ ਦਾਨ ਦਿੱਤੀ ਹੈ, ਰੋਲਸ ਰੋਇਸ ਦੀ ਕਨਵਰਟੇਬਲ ਹੈ। ਹੁਣ ਇਹ ਕਿਹਦੇ ਜਿਹੀਆਂ ਗੱਲਾਂ ਨੇ ਜਵਾਕਾਂ ਦੀਆਂ ਜਿਹੜੇ ਅੰਡਰ 20 ਨੇ, ਅਰਾਊਂਡ 20 ਨੇ, ਇਹ ਉਹ ਹੁਣ ਜਿਹੜੀਆਂ ਉਹ ਦਿਖਾਉਂਦੇ ਨੇ ਉਹ ਕਰਦੇ ਨੇ, ਬੱਚਿਆਂ ਦੀਆਂ ਡਿਸਕਸ਼ਨ ਦਾ ਪੁਆਇੰਟ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਹਦੇ ਕੋਲ ਆ ਗਏ ਪੈਸੇ ਉਹਨੇ ਦਿਖਾਉਣੇ ਨੇ, ਉਹਨੇ ਕਰਨੇ ਨੇ, ਉਹਨੇ ਖਰਚਣੇ ਨੇ, ਤੇ ਉਹਨੇ ਖਰਚਣੇ ਕਿਉਂ ਨਹੀਂ ਇਹ ਵੀ ਗੱਲ ਹੈ, ਉਹ ਖਰਚੂਗਾ। ਹੁਣ ਇਹ ਬਹਿਸ ਚੱਲ ਪਈ ਵੀ ਘਰ ਇੱਕ ਤਾਂ ਉਹ ਬਹੁਤ ਵੱਡਾ, ਤੇ ਘਰ ਤੋਂ ਬਾਅਦ ਫਿਰ ਉਹਦੇ ਬਾਹਰਲੇ ਬੰਨੇ ਚੰਡੋਲ ਲਾਤਾ, ਚੰਡੋਲ ਲਾਉਣ ਤੋਂ ਬਾਅਦ ਰਾਤ ਨੂੰ ਫਿਰ ਭੰਗੜਾ ਤਾਂ ਪੈਣਾ ਹੀ ਹੈ, ਗੁਆਂਢੀ ਲੱਗ ਗਏ ਕਰਨ ਕੰਪਲੇਂਟਸ, ਬਾਈਲਾ ਆ ਗਏ, RCMP ਵਾਲੇ ਆ ਗਏ, ਤੇ 2 ਵਜੇ ਤੋਂ ਬਾਅਦ ਵੀ 15 ਬਲਾਕ ਪਰਾਂ ਧੂਤਕੜਾ ਪੈਂਦਾ ਸੀ, ਤੇ ਉਹ ਕਹਿ ਰਹੇ ਸੀ ਵੀ ਅਸੀਂ ਲੋਕ ਕੀ ਰੱਖਣਾ। ਹੁਣ ਲੋਕ ਕੀ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਸ਼ੈਰੀ ਮਾਨ ਕਿੰਨਾ ਦੁਖੀ ਹੋ ਗਿਆ, ਸ਼ੈਰੀ ਮਾਨ ਇੰਨਾ ਗੁੱਸੇ ਹੋ ਗਿਆ ਵੀ ਉਹ ਕਹਿੰਦਾ ਪਰਮੇਸ਼ ਨੂੰ ਵੀ ਤੂੰ ਮਾਈਕਲ ਜੈਕਸਨ ਆ ਕਿ ਡਰੇਕ ਆ ਤੂੰ। ਹੁਣ ਹੋਇਆ ਕੀ, ਇਹ ਸੈਲਿਬ੍ਰਿਟੀ ਜਿਹੜੇ ਨੇ ਬੜਾ ਪੰਗਾ ਇਹਨਾਂ ਦਾ, ਕਿਉਂਕਿ ਇੱਕ ਫੋਟੋਆਂ ਊਂ ਛਪ ਜਾਣੀਆਂ ਨੇ, ਇੱਕ ਇਹਨਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਫੋਲੋਅਰ ਨੂੰ ਪਾਉਣੀਆਂ ਨੇ, ਉਹਦੇ ਚੋਂ ਮਿਲੀਅਨਸ ਵਿਊ ਆਉਣੇ ਨੇ, ਮਿਲੀਅਨਸ ਵਿਊ ਬਹੁਤ ਵੱਡੀ ਗੱਲ ਹੈ। ਉਹ ਕਹਿੰਦੇ ਵੀ ਕੈਮਰੇ ਜਿਹੜੇ ਆ ਤੁਹਾਡੇ ਸੈੱਲ ਫੋਨ ਨੇ ਇੱਥੇ ਬਾਹਰ ਰੱਖ ਦੋ। ਉਹ ਇਸ ਗੱਲ ਤੋਂ ਗੁੱਸੇ ਵੀ ਮੈਨੂੰ ਮਿਲਿਆ ਨੀ ਮੈਨੂੰ, ਚਲੋ ਉਹ ਯਾਰਾਂ ਦੀ ਗੱਲ ਚ ਨੀ ਮੈਂ ਆਉਂਦਾ, ਪਰਮੀਸ਼ ਉਹਨੂੰ ਕਹਿ ਦੇ। ਉਹਨੇ ਜਦ ਗੀਤ ਗਰੇਵਾਲ ਨੂੰ ਟਿਕਟ ਮਿਲੀ ਸੀ, ਸ਼ੈਰੀ ਮਾਨ ਨੇ ਕਿਹਾ ਸੀ ਠੋਕ ਕੇ ਪਾ ਦਿਓ ਵੋਟਾਂ ਭਾਬੀ ਨੂੰ, ਬੀਜੇ ਸਿੱਧੇ ਮਿਲਣਗੇ ਟਰੂਡੋ ਨਾਲ, ਸਿੱਧੀ ਗੱਲ ਹੈ। ਸੋ ਜਕੜਾਂ ਦੀ ਕੋਈ ਸਥਾਨ ਨੀ ਹੁੰਦਾ, ਮਰਜ਼ੀ ਜਿਵੇਂ ਮਰਜ਼ੀ ਕਰੀ ਚੱਲੇ। ਹੁਣ ਇਹ ਸਰੀ ਨਾਓ ਲੀਡਰ ਨੇ ਇਹ ਖਬਰ ਛਾਪੀ ਹੈ, ਸਰੀ ਨਾਓ ਲੀਡਰ ਦੇ ਥੱਲੇ ਜਿਹੜੇ ਕਮੈਂਟਸ ਨੇ ਉਹ ਪੜ੍ਹ ਕੇ ਬੜਾ ਅਲੱਗ ਸੋਚ ਰਿਹਾ ਵੀ ਯਾਰ ਇਹ ਲੋਕ ਸਾਡੇ ਲਈ ਕਿਵੇਂ ਸੋਚਣ। ਉਹ ਚ ਕਮਿਊਨਿਟੀ ਐਟ ਲਾਰਜ ਜਿਹੜੀ ਹੈ ਉਹ ਤੇ ਪੁਆਇੰਟ ਕੀਤੀ ਗਈ ਹੈ ਬਈ ਹੁਣ ਤੁਸੀਂ ਆਪ ਪੜ੍ਹਿਓ। ਤੇ ਅੱਛਾ ਉਹਦੇ ਚ ਹੁਣ ਕਈ ਜਿਹੜੇ ਨੇ ਪਰਿਵਾਰ ਦੇ ਹਮਦਰਦੀ ਚੇਲੇ ਬਾਲ ਕੇ ਉਹ ਆ ਕੇ ਉਹ ਫਿਰ ਉੱਥੇ ਜ਼ਰਾ ਵੀ ਕਰ ਦੇਣ ਵੇਲੇ ਉਹ ਇਹ ਚ ਕੀ ਗੱਲ ਹੋ ਗਈ, ਇੱਕ ਰਾਤ ਦੀ ਕੀ ਕਹਾਣੀ ਕੀ ਹੋ ਗਈ ਇਹਦੇ ਚ। ਤੇ ਸੋ ਇਹ ਹੁਣ ਉੱਥੇ ਸਿਟੀ ਹਾਲ ਦੇ ਵਿੱਚ ਸਿਟੀ ਕੌਂਸਲ ਸਟਾਫ ਉਹ ਵੀ ਇਨਵਾਈਟਡ ਸੀ ਉੱਥੇ ਹੀ, ਤੇ ਫਾਈਨ ਜਿਨ੍ਹਾਂ ਦੀਆਂ 5-5, 7-7 ਲੱਖ ਦੀਆਂ ਗੱਡੀਆਂ ਦਾਜ ਦੇ ਵਿੱਚ ਇਧਰੋਂ ਉਧਰ ਜਾਣੀਆਂ ਨੇ ਜਾਂ ਦਾਜ ਨਾ ਕਹਾ ਗਿਫਟ ਦੇਣੇ ਨੇ ਉਹਨਾਂ ਲਈ ਕੀ ਆ 10-20 ਹਜ਼ਾਰ ਦਾ ਫਾਈਨ ਕਿਹੜੀ ਗੱਲ ਹੈ। ਉਹ ਸਿਟੀ ਇੰਸਪੈਕਟਰ ਜੀ ਕਹਿੰਦੇ ਜੀ ਵੀ ਇਲੈਕਟ੍ਰੀਕਲ ਦਾ ਚਲੇ ਗਿਆ ਵੀ ਇਹ ਲੋਡ ਕਿੱਥੋਂ ਤੇ ਕਿੱਥੋਂ ਇਹਨੂੰ ਲਾਇਆ ਤੇ ਕੀ ਕੁਛ ਕੀਤਾ ਬਈ ਇਹ ਕਿਵੇਂ ਇਹ ਚੱਲ ਰਿਹਾ। ਹੁਣ ਚੱਲ ਰਿਹਾ ਘਰ 15-18 ਹਜ਼ਾਰ ਸਕੇਅਰ ਫੁੱਟ ਹੈ, ਉਹ ਵੀ ਅਗਲੇ ਨੇ ਬਣਾਇਆ ਹੀ ਹੈ, ਤੁਹਾਨੂੰ ਪਤਾ ਹੀ ਹੈ ਕਿ ਬਈ ਐਡੇ ਵੱਡੇ ਘਰ ਦਾ ਲੋਡ ਵੀ ਕਿਤੋਂ ਆਉਂਦਾ ਹੀ ਹੈ, ਇੱਕ ਬਾਹਰਲੇ ਬੰਨੇ ਚੰਡੋਲ ਲਾਤਾ ਉਹਨਾਂ ਨੇ। ਅੱਛਾ ਹੁਣ ਉਹਦੇ ਤੇ ਜਿਹੜੇ ਮੈਨੂੰ ਜਿਹੜੇ ਮੈਂ ਵਿਊ ਪੜ੍ਹ ਰਿਹਾ ਉਹ ਵਿਊ ਕੁਛ ਤੰਗੀ ਦੇ ਰਿਹਾ,
ਉਹਦੇ ਚ ਕੋਈ ਕਹਿ ਰਿਹਾ ਵੀ ਇੰਡੀਅਨ ਵੈਡਿੰਗਸ ਤਾਂ ਲੌਂਗ ਓਵਰ ਡਿਊ ਨੇ, ਤੇ ਦੂਜੇ ਬੰਨੇ ਕੋਈ ਕਹਿ ਰਿਹਾ ਸਾਊਂਡਸ ਲਾਈਕ ਕੋਵਿਡ ਸੁਪਰ ਸਪਰੈਡਰ ਇਵੈਂਟ। ਅੱਛਾ, ਕੋਈ ਕਹਿ ਰਿਹਾ ਕਹਿੰਦਾ ਮੈਂ ਤਾਂ ਸਾਲ ਹਲੇ ਮੇਰੀ ਉਮਰ ਹੋਈ ਆ, ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਤੁਸੀਂ ਇੱਕ ਫੈਰਿਸ ਵੀਲ ਜਿਹੜਾ ਘਰ ਦੇ ਵਿੱਚ ਵੀ ਰੈਂਟ ਕਰਕੇ ਕਰ ਸਕਦੇ ਹੋ। ਮੇਰੇ ਕੋਲ ਕਹਿੰਦਾ ਹੁਣ ਲਾਈਫ ਗੋਲ ਹੋ ਗਿਆ ਇਹ। ਤੇ ਸੋ ਇਹਦੇ ਚ ਆਰ ਸੀ ਐਮ ਪੀ ਗਈ ਆ, ਵਾਈਲਾ ਵਾਲੇ ਵੀ ਗਏ ਨੇ, ਕੰਪਲੇਂਟਸ ਆਈਆਂ ਨੇ। ਓਬੀਅਸਲੀ ਕੰਪਲੇਂਟਸ ਤਾਂ ਹੁਣ ਇੱਥੇ 40 ਨੋਇਜ਼ ਕੰਪਲੇਂਟਸ ਜਿਹੜੀਆਂ ਕੰਪਲੇਂਟਸ ਆਈਆਂ ਨੇ ਉਹਦੇ ਚ। ਚਲੋ ਇਹਦੇ ਤੇ ਜਿਹੜੀ ਲਿਖ ਰਹੇ ਨੇ ਅਲੱਗ ਅਲੱਗ ਕਿ ਇਹ ਕੋਈ ਕਹਿ ਰਿਹਾ ਵੀ ਇਹ ਚੰਡੋਲ ਇੱਥੇ ਕਿਵੇਂ ਲਾ ਦਿੱਤਾ, ਫੈਰਸ ਵੀਲ ਇੱਥੇ ਕਿਵੇਂ ਲੱਗਿਆ, ਇਹ ਲਾਇਸੈਂਸ ਨੀ ਇੱਥੇ, ਤੇ ਫਾਈਨ ਦਾ ਕੀ ਕਹਾਣੀ ਆ, ਫਾਈਨ ਕੀ ਕਰ ਦੇਣਗੇ ਏਡੇ ਤੇ। ਕੁਛ ਇਹਦੇ ਤੇ ਰੇਸਿਜ਼ਮ ਦੀ ਵੀ ਗੱਲ ਚੱਲੀ ਹੈ, ਕਿਤੇ ਕਿਸੇ ਗੋਰੇ ਨੇ ਜਦ ਇਹ ਲਿਖਿਆ ਵੀ ਬਈ ਇਹ ਇਹਦੇ ਚ ਸਿੰਪਲੀ ਮਲਟੀਕਲਚਰਲਿਜ਼ਮ ਆ, ਵੀ ਸ਼ੁਡ ਐਮਬੈਰਸ ਇਟ, ਸੋਰੀ ਐਮਬਰੇਸ ਇਟ, ਸੋਰੀ। ਕਿਸੇ ਨੇ ਇਹ ਵੀ ਲਿਖਤਾ। ਅੱਛਾ, ਇੱਕ ਨੇ ਨੀਨਾ ਐਸਪੀਨਾ ਨੇ ਇਹ ਲਿਖ ਦਿੱਤਾ, ਕਹਿੰਦੀ ਬਾਈਲਾ ਆਫੀਸਰ ਇਹਨੂੰ ਡੀਲ ਕਰਨਾ ਨੀ ਸੀ ਚਾਹੁੰਦੇ ਲਾਸਟ ਨਾਈਟ, ਵਾਈ? ਕਹਿੰਦੀ ਮੇ ਬੀ ਬਿਕੋਜ ਦੇ ਬਾਈਲਾ ਆਫੀਸਰ ਬਿਲੋਂਗ ਟੂ ਦਾ ਸੇਮ ਕਲਚਰ ਦੈਟ ਸੈਲੀਬ੍ਰੇਟ ਵੈਡਿੰਗ ਰਿਗਾਰਡਲੈਸ ਆਫ ਪੈਂਡੈਮਿਕ ਐਂਡ ਅਦਰ ਪੀਪਲ ਅਰਾਊਂਡ ਦੈਮ। ਤੇ ਕਹਿੰਦੀ ਮੈਂ ਐਕਸਪੈਕਟ ਕਰ ਰਹੀ ਹਾਂ ਕਿ ਪੇਸ਼ੈਂਟਸ ਕੋਵਿਡ ਵਾਲੇ ਤੇ ਵੀ ਆਉਣਗੇ ਤੇ ਅਲਕੋਹਲ ਵਿਦਰਾਲ ਸਿਮਟਮ ਵੀ ਆਉਣਗੇ। ਅੱਛਾ, ਉਹਨੂੰ ਫਿਰ ਨੀਨਾ ਨੂੰ ਬਾਕੀ ਚਿੰਬੜ ਗਏ ਬਈ ਤੂੰ ਇਹ ਰੇਸਿਜ਼ਮ ਦੀ ਰੇਸਿਸਟ ਦੀ ਗੱਲ ਕਰਦੀ ਆ। ਫਿਰ ਇੱਕ ਆ ਕੇ ਜੌਨ ਨੇ ਲਿਖਿਆ ਜਦੋਂ ਇਹ ਰੇਸਿਜ਼ਮ ਦੀ ਤੇ ਸਿੱਖ ਵੀ ਰੇਸਿਜ਼ਮ ਕਰਦੇ ਨੇ ਤੇ ਪ੍ਰੋਥ ਤੇ ਰੇਸਿਜ਼ਮ ਦਾ ਬੜਾ ਫਰਕ ਆ। ਕਹਿੰਦੀ ਉਹਨੇ ਲਿਖਿਆ ਯੂਜ਼ ਟੂ ਵਰਕ ਫਾਰ ਸਿੱਖ ਐਂਡ ਇਫ ਆਈ ਟੋਲਡ ਯੂ ਵਟ ਹੀ ਥੋਟ ਅਬਾਊਟ ਬਲੈਕਸ ਯੂਅਰ ਹੇਅਰ ਵੁੱਡ ਕਰਲ, ਰੋਂਗਟੇ ਖੜੇ ਹੋਣਗੇ। ਸੋ ਇਹ ਜੀ ਜਦ ਇਹ ਗੱਲ ਤੁਰਦੀ ਹੈ ਉਸ ਗੱਲ ਦੇ ਕਾਰਨ ਅਸੀਂ ਬਣਦੇ ਹਾਂ। ਹੁਣ ਇਹਦੇ ਤੇ ਇੱਕ ਵਿਸ਼ਾ, ਉਹ ਵਿਸ਼ਾ ਇਹ ਹੈ ਵੀ ਕੀ ਕੀਤਾ ਜਾਵੇ ਇਹਦੇ ਚ। ਜਿਹਦੇ ਕੋਲ ਪੈਸੇ ਨੇ ਉਹ ਦਿਖਾਉਣਾ ਚਾਹੁੰਦਾ, ਜਦ ਉਹ ਦਿਖਾਉਣਾ ਚਾਹੁੰਦਾ ਤਾਂ ਉਹ ਇੱਕ ਇਸ਼ੂ ਬਣਦਾ, ਅਸੀਂ ਕਮਿਊਨਿਟੀ ਤੋਂ ਅਲੱਗ ਹੁੰਦੇ ਹਾਂ। ਅੱਛਾ, ਉਹ ਅਮੀਰ ਬੰਦੇ ਨੂੰ ਤਾਂ ਕਿਸੇ ਨੂੰ ਕੋਈ ਤੰਗੀ ਨਹੀਂ ਹੈ, ਆਈਸੋਲੇਟ ਹੋ ਜਾਵੇ, ਉਹਦੀ ਤੰਜੋਰੀਆਂ ਭਰੀਆਂ ਹੋਈਆਂ, ਉਹਨੇ ਕੀ ਲੈਣਾ ਕਿਸੇ ਤੋਂ। ਜਿਹੜੀ ਬਾਕੀ ਕਮਿਊਨਿਟੀ ਨੇ ਕੰਮ ਕਰਕੇ ਖਾਣਾ ਉਹ ਮਲਟੀਕਲਚਰਿਜ਼ਮ ਦੇ ਵਿੱਚ ਇਸ ਬੁੱਕੇ ਚ ਇਸ ਗੁਲਦਸਤੇ ਦੇ ਵਿੱਚ ਤੁਰੇ ਫਿਰਦੇ ਆ, ਉਹਨਾਂ ਨੂੰ ਟਾਈਮ ਕੱਢਣਾ ਪੈਣਾ ਇਹਦੇ ਵਿੱਚ। ਕੋਈ ਕਿਸੇ ਨੇ ਕੰਮ ਕਿਸੇ ਲਈ ਕਰਨਾ ਜਾਂ ਕੋਈ ਤੁਹਾਡੇ ਲਈ ਕਰੂ ਜਾਂ ਕਿਸੇ ਦਾ ਕੋਈ ਡੀਲ ਹੋਊ। ਸੋ ਇਹ ਜਾਂ ਇਹ ਕੋਈ ਇਫੈਕਟ ਨਹੀਂ ਪੈਂਦਾ, ਗੱਲ ਹੋ ਗਈ, ਗੱਲ ਗਈ ਤੇ ਆਈ, ਕਿਉਂਕਿ ਵਿਆਹ ਕਿਹਨੇ ਕੀਤਾ, ਕਿਹਦੇ ਨਾਲ ਕੀਤਾ, ਇਹ ਆਪਾਂ ਇਸ਼ੂ ਨੀ, ਨਾ ਆਪਾਂ ਇਹਨੂੰ ਵਿਚਾਰਨਾ। ਵਿਆਹ ਅਗਲੇ ਨੇ ਕਰਨਾ, ਵਿਆਹ ਜਿਵੇਂ ਮਰਜ਼ੀ ਕਰੇ, ਪਰ ਜਿਹੜਾ ਇਸ਼ੂ ਚੱਲ ਰਿਹਾ ਬਾਹਰ, ਖ਼ਬਰਾਂ ਹਰ ਇੱਕ ਨਿਊਜ਼ ਚੈਨਲ ਨੇ ਇਸ ਨੂੰ ਦਿਖਾਇਆ ਕਿ ਆਹ ਕੀ ਹੋਇਆ। ਕਿਉਂਕਿ ਜਦ ਅਸੀਂ ਘਰਾਂ ਤੇ ਲੜੀਆਂ ਤੇ ਲਾਈਟਾਂ ਜੇ ਤੇ ਬੋ ਉਹ ਤਾਂ ਆਪਾਂ ਕਰਦੇ ਹਾਂ, ਪਰ ਜਦ ਅਸੀਂ ਅਲੱਗ ਕਰਾਂਗੇ ਵੀ ਅਸੀਂ ਚੰਡੋਲ ਵੀ ਲਾਉਣਾ ਤਰ੍ਹਾਂ ਪੂਰੇ, ਉਹ ਤੇ ਲਾਈਟਾਂ ਹੋਣਗੀਆਂ, ਲੰਘਣਗੇ। ਘਰ ਵੱਡਿਆਂ ਦਾ ਤਾਂ ਪਤਾ ਹੀ ਹੈ, ਐਗਰੀਕਲਚਰ ਮਿਨਿਸਟਰ ਨੂੰ ਵੀ ਪਤਾ ਜਾ ਲੰਘੀ ਜਾਂਦੀ ਸੀ ਸਰੀ ਦੇ ਵਿੱਚ, ਉਹ ਕਹਿੰਦੀ ਆਹ ਕੀ ਛੱਪੇ ਹੋਣੇ, ਕਹਿੰਦੀ ਘਰ ਨੇ ਇਹ ਪੰਜਾਬੀਆਂ ਦੇ, ਕਹਿੰਦੀ ਕੋਈ ਨਾ ਫਿਰ ਬਣਾਉਂਦੇ ਆ ਘਰ। ਥੋਕ ਤਾਂ 5600-4500 ਤੇ ਜਗਾੜ, 10 ਕਿੱਲੇ ਚੋਂ ਚਾਹੇ 20 ਕਿੱਲੇ ਚੋਂ ਫਰੀ ਚੱਲੋ ਗੇੜੇ ਕੱਢਦੇ। ਹੁਣ ਉਹ ਜਦ ਉਹਦਾ ਕਾਰਨ ਜਿਹੜੇ ਅਗੇਂਸਟ ਨੇ ਉਹਨਾਂ ਨੇ ਇਹ ਕਹਿਤਾ, ਉਹ ਕਹਿੰਦੇ ਨਾ ਛੱਤੋ 20,000 ਸਕੁਅਰ ਫੁੱਟ, ਉਹਨਾਂ ਨੇ ਇਹ ਕਹਿਤਾ। ਦੂਜੇ ਕਹਿੰਦੇ ਵੀ ਅਸੀਂ ਆਪਣੇ ਪੈਸੇ ਨਾਲ ਛੱਤੇ ਆ, ਅਸੀਂ ਛੱਤ ਕਿਉਂ ਨੀ ਸਕਦੇ 20,000, ਚਾਹੇ ਅਸੀਂ ਜਿੰਨਾ ਪਰਮਿਸ਼ਨ ਆ ਉਨੀ ਛੱਤਾਂਗੇ ਅਸੀਂ, ਤੇਰਾ ਕੀ ਢਿੱਡ ਦੁਖਦਾ ਜੇ ਬੜੇ ਘਰ ਵਾਲੇ ਨੂੰ ਛੋਟਾ ਕਹੇ ਤੂੰ ਏਡਾ ਬੜਾ ਬਣਾ ਲਿਆ, ਕਹਿੰਦਾ ਤੇਰਾ ਕੀ ਇਹ ਚ ਕੱਢਣ ਪਾਉਣ ਨੂੰ। ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਇੱਕ ਹੈ ਕਮਿਊਨਿਟੀ ਦੇ ਵਿੱਚ ਜਿਹਦੇ ਚ ਵਸਣਾ ਤੁਸੀਂ, ਜਿਹਦੇ ਚ ਰਹਿਣਾ, ਕੀ ਇਹ ਫਰਕ ਪਾ ਦੂ ਇਹੋ ਜਿਹੀਆਂ ਚੀਜ਼ਾਂ, ਸਾਡਾ ਆਈਸੋਲੇਟ ਹੋ ਕੇ ਪੈਸੇ ਦਾ ਦਿਖਾਵਾ ਜਦ ਅਸੀਂ ਕਰਦੇ ਹਾਂ, ਕੀ ਇਹ ਫਰਕ ਪਾਉਂਦਾ ਕੁਛ ਇੱਥੇ ਕਮਿਊਨਿਟੀ ਤੇ, ਜਾਂ ਫਿਰ ਇੱਕ ਦਿਨ ਦੀ ਗੱਲ ਹੈ, ਕੋਈ ਫਰਕ ਨਹੀਂ ਹੈ।
ਇਹ ਨਹੀਂ ਹੈ ਵੀ ਹੋਰ ਕਮਿਊਨਿਟੀ ਚ ਅਮੀਰ ਨੀ ਲੋਕ, ਜਾ ਕੇ ਦੇਖਿਓ ਬ੍ਰਿਟਿਸ਼ ਪ੍ਰੋਪਰਟੀ ਚ, ਤੁਹਾਨੂੰ ਪਤਾ ਲੱਗੂ ਵੈਸਟ ਵੈਨਕੂਵਰ ਚ ਅਮੀਰੀ ਕੀ ਹੁੰਦੀ ਤੇ ਘਰ ਕੀ ਹੁੰਦਾ। ਤੇ ਉੱਥੇ ਅਸੀਂ 1-2% ਆ, ਜਾਂ ਮਰੀਨ ਡਰਾਈਵ ਤੇ ਵੈਸਟ ਵੈਨਕੂਵਰ ਚ ਦੇਖਿਓ, ਜਾਂ ਵਾਈਟ ਰੌਕ ਦੀ ਮਰੀਨ ਡਰਾਈਵ ਚ ਸਾਡਾ 1-2% ਹੋਣਗੇ, 98% ਕਿਹਨਾਂ ਦੇ ਨੇ ਵੈਨ। ਉੱਥੇ ਤਾਂ ਮੈਂ ਵੇਖਿਆ ਨਾ, ਉੱਥੇ ਤਾਂ ਟੈਕਸੀ ਚਲਾਈ ਆ 4 ਸਾਲ, ਪਤਾ ਵੀ ਇਹ ਮਹਿਲਾਂ ਮਹਿਲ ਕਿਹਦੇ ਨੇ। ਇਹ ਨੀ ਹੈ ਵੀ ਸਾਡੇ ਕੋਲੇ ਪੈਸੇ ਤੇ ਸਾਡੇ ਘਰ ਬੜੇ ਨੇ, ਨੋ। ਲੂਲੂ ਲੈਮਨ ਵਾਲੇ ਨੇ ਕਿੱਡਾ ਬਣਾਇਆ ਪੁਆਇੰਟ ਗ੍ਰੇ ਦੇ ਕੋਲ, ਜਿਹੜਾ ਸਭ ਤੋਂ ਮਹਿੰਗਾ ਘਰ ਬੀਸੀ ਏਰੀਏ ਦਾ, ਖਾਲੀ ਕਿੰਨੇ 100 ਮਿਲੀਅਨ, 100 ਜਾਂ 80 ਤੋਂ 100 ਮਿਲੀਅਨ। ਸੋ ਇਹ ਬਿਗ ਫੈਟ ਜਿਹੜੀਆਂ ਵੈਡਿੰਗਸ ਨੇ, ਇਹਦੇ ਤੇ ਤਾਂ ਮੂਵੀ ਬਣੀ ਆ ਪੂਰੀ, CBC ਨੇ ਲਿਖਿਆ ਤੇ ਇਸ ਨੂੰ ਉਸਨੇ ਕਈ ਐਪੀਸੋਡ ਚ ਪਾਇਆ ਵੀ ਹੁੰਦਾ ਕੀ ਹੈ। ਅੰਤਰੀਬ ਚ ਜਾਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਤੁਸੀਂ ਕਰਦੇ ਕਿਉਂ ਆਏ ਹੋ। ਅੱਛਾ, ਜੇ ਅੰਤਰੀਬ ਦੇ ਗੱਲ ਦਿਲ ਦੀ ਕਰਾਂ, ਮਾਪਿਆਂ ਦੇ ਤੌਰ ਤੇ, ਇੱਕ ਧੀ ਦੇ ਤੇ ਇੱਕ ਪੁੱਤਰ ਦਾ ਮਾਪੇ ਦੇ ਤੌਰ ਤੇ ਮੈਂ ਸੋਚਾਂ, ਹਰ ਇੱਕ ਮਾਪਾ ਚਾਹੁੰਦਾ ਯਾਰ ਮੇਰੀ ਧੀ ਦੇ, ਮੇਰੇ ਪੁੱਤ ਦੇ ਮੈਂ ਸ਼ਗਨ ਕਰਨਾ। ਅੱਛਾ, ਕੁਛ ਸਿਆਣੇ ਨੇ ਉਹ ਕਹਿੰਦੇ ਨਹੀਂ, ਸ਼ਗਨ ਛੋਟੇ ਕਰਨੇ ਨੇ, ਉਹਨੂੰ ਕਹਿਣਾ ਵੀ ਚੱਕ ਪੈਸੇ ਰੱਖ ਆਪਣੇ ਸਾਹਿਬ। ਅੱਛਾ, ਦੂਜਾ ਕਹਿੰਦਾ ਮੈਂ ਊਂ ਵੀ ਦੇਣੇ ਨੇ, ਮੈਂ ਦੂਜੇ ਲੋਟ ਵਿੱਚ ਕਰਨਾ, ਸਾਡੇ ਕੋਲ ਬਾਫਰ ਬਹੁਤ ਹੋ ਗਏ, 100-200 ਮਿਲੀਅਨ ਤਾਂ ਇੱਕ ਅੱਧੀ ਡੀਲ ਚ ਬਣ ਜਾਂਦਾ। ਤੇ ਉਹ ਹੁਣ ਫਿਰ ਕਿੱਥੇ ਕਿੱਥੇ ਦਿਖਾਉਣੇ ਕਿੱਥੇ ਨੇ ਉਹ। ਪ੍ਰਜਿਤਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਭਾਈ ਸਾਹਿਬ, ਜਿੱਦਾਂ ਮੈਨੂੰ ਤਾਂ ਇੱਕ ਹਲਕਾ ਫੁਲਕਾ ਟੌਪਿਕ ਹੀ ਲੱਗਦਾ ਹੈਗਾ ਆ, ਜਿੱਦਾਂ ਏਡੀ ਕੋਈ ਗੱਲ ਨੀ। ਜਿਹੜਾ ਲੇਟ ਪਈ ਉਹ ਬਾਜੇ ਗਾਜੇ ਵੱਜਣੇ, ਮੇਰਾ ਖਿਆਲ ਨੀ ਵੀ ਕੋਈ ਆਪਣੇ ਇਹੋ ਜਿਹਾ ਹੈਗਾ ਵਿਆਹ ਜਿੱਥੇ ਪੁਲਿਸ ਦਾ ਗੇੜਾ ਨਹੀਂ ਵੱਜਦਾ, ਜਿੱਥੇ ਲੇਟ ਪਈ ਨਹੀਂ ਹੁੰਦਾ, ਤੇ ਜਾਣੀ ਕਿ ਕੋਈ ਸਾਰੇ ਹੀ ਇਹੋ ਚੱਲਦਾ ਆ, ਗੋਰੇ ਵੀ ਆਹ ਰੇਪ ਪਾਰਟੀਆਂ ਹੋਣ ਬੈਡ ਕਰਦੇ ਆ। ਹਾਂ, ਜਿਹੜੀ ਇੱਕ ਡਿਸਕਸ਼ਨ ਜ਼ਰੂਰ ਆ, ਇੰਟਰਵਿਊ ਚੱਲ ਪਈ ਹੈਗੀ ਆ, ਪਰ ਉਹ ਅਸਲ ਵਿੱਚ ਜਿਹੜਾ ਕੋਈ ਵੱਖਰੀ ਗੱਲ ਨਹੀਂ ਹੋਈ। ਜਿਹੜੀ ਗੱਲ ਰਹੀ ਪੈਦਾ ਜਿਹੜਾ ਕਮਿਊਨਿਟੀ ਦੇ ਵਿੱਚ ਰਹਿ ਕੇ ਜਿਹੜਾ ਇਹੋ ਏਦਾਂ ਦਾ ਜੇ ਜਾਲ ਲਾਏ ਹੈਗੇ ਭੰਗੂੜੇ ਵਗੈਰਾ ਉੱਥੇ, ਤੇ ਮੇਰਾ ਖਿਆਲ ਹੈ ਜਿੰਨਾ ਕੁ ਤੁਸੀਂ ਦੱਸਦੇ ਉਹਨਾਂ ਕੋਲ ਪੈਸਾ ਹੈਗਾ, ਉਹਨਾਂ ਨੂੰ ਤਾਂ ਉਹ ਕਿਸੇ ਰਿਜ਼ੋਰਟ ਤੇ ਚਲ ਜਾਂਦੇ, ਕਿਤੇ ਜਾ ਕੇ ਉੱਥੇ ਵੀ ਕਰ ਲੈਂਦੇ, ਕੋਈ ਏਡੀ ਵੱਡੀ ਗੱਲ ਨਹੀਂ ਸੀ। ਨਹੀਂ, ਆਲੇ ਦੁਆਲੇ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਸੀਗਾ, ਜਿਹੜਾ ਕਿਉਂ ਲੋਕਾਂ ਨੇ ਕੰਮਾਂ ਕਾਰਾਂ ਤੇ ਜਾਣਾ, ਆਪਣਾ ਉਹਨੀ ਨਿੱਜੀ ਜੀਵਨ ਜੀਣਾ ਹੁੰਦਾ ਆ, ਜਦੋਂ ਤੁਸੀਂ ਘਰ ਦੇ ਵਿੱਚ ਬੈਠੇ ਆਲੇ ਦੁਆਲੇ ਖੁਰਾਕਾਂ ਹੁੰਦਾ ਨਹੀਂ ਠੀਕ ਲੱਗਦੀ। ਸੋ ਇਸ ਚ ਚੈੱਕ ਐਂਡ ਬੈਲੈਂਸ ਜ਼ਰੂਰ ਚਾਹੀਦੇ, ਪਰ ਦੂਏ ਪਾਸੇ ਜਿਹੜਾ ਪੈਸਾ ਖਰਚਣ ਵਾਲੀ ਗੱਲ ਆ, ਮੇਰਾ ਖਿਆਲ ਸਾਡੀ ਜਿਹੜੀ ਕਮਿਊਨਿਟੀ ਆ, ਬੈਂਕਾਂ ਪੋਲੀਆਂ ਕਰ ਦਿੰਦੀ ਆ ਪੈਸੇ ਜਮ੍ਹਾਂ ਕਰ ਕਰਕੇ, ਤੇ ਉਹ ਜਿਹੜਾ ਜਿੱਥੇ ਇਹ ਮੰਦਭਾਗੀ ਗੱਲ ਆ। ਦੂਸਰੇ ਪਾਸੇ ਮੈਂ ਜਿਹੜੀ ਗੱਲ ਤੁਹਾਡੀ ਚੋਂ ਮੈਂ ਕੱਢੀ ਆ, ਚਲੋ ਕਿਸੇ ਤਰ੍ਹਾਂ ਉਹ ਸਾਈਕਲ ਕੀਤੀ ਆ, ਇਕੋਨਮੀ ਦੇ ਵਿੱਚ ਪੈਸਾ ਆਇਆ ਹੈਗਾ ਆ, ਲੋਕਾਂ ਦੀਆਂ ਜੋਬ ਕ੍ਰੀਏਸ਼ਨ ਹੋਈ ਹੈਗੀ ਆ, ਇਹ ਚੰਗੀ ਗੱਲ ਆ। ਮਾੜੇ ਬੰਦੇ ਨੂੰ ਇਹਦੇ ਪਿੱਛੇ ਲੱਗ ਕੇ ਤੰਗ ਨਹੀਂ ਹੋਣਾ ਚਾਹੀਦਾ, ਇਹ ਜਿਹੜੇ ਪੈਸੇ ਵਾਲੇ ਆ, ਜੇ ਪੈਸਾ ਖਰਚਦੇ ਆ ਤੇ ਖਰਚਣ ਦੇਣਾ ਚਾਹੀਦਾ ਆ, ਵਧੀਆ ਆ, ਇਕੋਨਮੀ ਗਰੋਥ ਹੋਈ ਹੋਊਗੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਇਹ ਵੀ ਨਾਲ ਜੇ ਹੁਣ ਪੈਸੇ ਖਰਚੇ ਨੇ ਉਹ ਕਿਤੇ ਕਮਿਊਨਿਟੀ ਚ ਲੱਗੇ ਨੇ, ਕਮਿਊਨਿਟੀ ਦੇ ਵਿੱਚੋਂ ਹੀ, ਹੁਣ ਉਹ ਰਿਜ਼ੋਰਟ ਤੇ ਤਾਂ ਹੋ ਜੂ ਪ੍ਰਜਪਾਲ ਸਿੰਘ ਜੀ, ਪਰ ਫਿਰ ਮਹਿਣ ਨੂੰ ਨੀ ਪਤਾ ਲੱਗਣਾ ਵੀ ਮੈਂ ਕੀ ਗੱਡਿਆ ਬੋਰਚਾ, ਉਹ ਵੀ ਦੱਸਣਾ ਨਾ ਪਿੰਡਾਂ ਦੇ ਨੂੰ, ਦੋਸਤਾਂ ਨੂੰ, ਸ਼ਰੀਕਾਂ ਨੂੰ, ਉਹਨਾਂ ਨੂੰ ਵੀ ਦਿਖਾਉਣਾ ਹੈ ਵੀ ਇਉਂ ਘੁੱਗੀ ਕੈ ਹੁੰਦੀ ਹੈ। ਉਹ ਇਹ ਤਾਂ ਜਦ ਵੱਡੇ ਵਿਆਹ ਹੁੰਦੇ ਨੇ, ਇੱਥੇ ਇੱਕ ਹੋਰ ਮੈਂ ਰਵੀਰਾ ਦੇਖਿਆ, ਲੋਕ ਇੱਕ ਦੂਜੇ ਤੋਂ ਸਿਫਾਰਿਸ਼ ਪਵਾ ਕੇ ਇਨਵੀਟੇਸ਼ਨ ਮੰਗਾਉਂਦੇ ਨੇ ਵੀ ਯਾਰ ਮੈਨੂੰ ਵੀ ਸੱਦੋ ਉੱਥੇ 5-7 ਦਿਨ, ਜਿਹੜਾ ਮਾੜਾ ਜਿਹਾ ਹੋਊਗਾ, ਕਿਉਂਕਿ ਹਾਈ ਐਂਡ ਤਾਂ ਫਿਰ ਹਾਈ ਐਂਡ ਹੀ ਹੈ, ਸਾਰਾ ਕੁਛ ਹਾਈ ਐਂਡ ਆ ਉੱਥੇ। ਗ੍ਰੈਂਡ ਤਾਜ 604-599-8888-128 ਸਟਰੀਟ, ਸਰੀ ਦਾ ਤਾਜ, ਗ੍ਰੈਂਡ ਤਾਜ, ਵੱਡੀ ਛੋਟੀ ਪਾਰਟੀ, ਰਾਜਨੀਤਿਕ ਇਕੱਠ, ਪੇਂਡੂਆਂ ਦਾ ਇਕੱਠ, 84-128 ਤੇ ਸਰੀ ਦਾ ਤਾਜ। ਹੁਣ ਇਹ ਆਮ ਕਮਿਊਨਿਟੀ ਤੇ ਪ੍ਰਭਜੋਤਪਾਲ ਸਿੰਘ ਹੋਣਾ ਦੀ ਗੱਲ ਠੀਕ ਆ ਵੀ ਕੋਈ ਛੋਟਿਆ ਵੀ ਵਿਆਹ ਦੱਸ ਦਿਓ ਵੀ ਜਿੱਥੇ ਪੁਲਿਸ ਨੀ ਆਉਂਦੀ, ਬਿਲਕੁਲ ਆਉਂਦੀ ਆ, ਹਰ ਜਗ੍ਹਾ ਆਉਂਦੀ ਆ। ਜਦ ਫੜ ਲੈ ਗੱਡੀ ਦੀ ਚਾਬੀ, ਰਾਤ ਨੂੰ 2-2 ਵਜੇ ਤੱਕ ਹੋ ਹੀ ਜਾਣਾ, ਉਹ ਅਗਰ ਗੁਆਂਢੀ ਕਹਿੰਦਾ ਯਾਰ ਪੈ ਜਾਓ। ਹੁਣ ਕਈ ਸਾਊ ਨੇ,
ਕਈ ਵਾਲੇ ਤਾਂ ਸ਼ੇਰਵਾਨੀ ਨਾਲਦਿਆਂ ਦੇ ਪਵਾ ਲੈਂਦੇ ਨੇ ਉਹ, ਜਿਵੇਂ ਪੰਜਾਬ ਤੋਂ ਚਾਦਰਾ ਬਜ਼ੁਰਗ ਪਾਉਂਦਾ ਆ ਕੇ ਜਾਂ ਉਹਦੇ ਜੀਨ ਪਵਾ ਕੇ ਤੋਰੀ ਫਿਰਦੇ ਹਾਂ ਆਪਾਂ, ਕਈ ਤਾਂ ਗੁਆਂਢੀਆਂ ਨੂੰ ਜਿਹੜੇ ਨਾਲ ਦੀ ਹੋਰ ਕਮੇਟੀ ਦੇ ਨਾਲ ਤਿਆਰ ਕਰ ਲੈਂਦੇ ਨੇ ਕਾਰਡ ਕੂਡ ਦੇ ਕੇ, ਤੁਸੀਂ ਵੀ ਆਉਣਾ, ਯੂ ਨੋ ਕਮ ਦੇਅਰ ਬਿਗ ਬੈਡ ਬਿਗ ਵੈਡਿੰਗ ਡਰਿੰਕ ਐਂਡ ਫੂਡ ਐਂਡ ਐਵਰੀਥਿੰਗ। ਉਹਨਾਂ ਨੂੰ ਵੀ ਪਤਾ ਬਈ ਜਦ ਇਹਨਾਂ ਦੇ ਧਾਰਮਿਕ ਇਕੱਠ ਦੇ ਵਿੱਚ ਉਥੋਂ ਲੰਗਰਾਂ ਦੇ ਅਸੀਂ ਝੋਲੇ ਭਰਦੇ ਆ ਜਾਂ ਜਿਹੜੇ ਜਾਂਦੇ ਆ, ਇਹ ਵਿਆਹ ਚ ਤਾਂ ਫਿਰ ਹੁਣ ਕਰਨਗੇ। ਹੁਣ ਇਹ ਵਿਸ਼ਾ ਜਿਹੜਾ ਇਹ ਪਹਿਲੀ ਵਾਰ ਨੀ ਵਿਚਾਰਿਆ ਗਿਆ ਬਈ ਇਹ ਜਿਹੜੇ ਵਿਆਹ ਨੇ ਇਹ ਕਿਹੋ ਜਿਹੇ ਹੋਣੇ ਚਾਹੀਦੇ। ਹੁਣ ਕੋਵਿਡ ਦੇ ਵਿੱਚ ਹੋਇਆ ਨੀ ਸੀ, ਇੱਕ ਨੇ ਤਿੰਨ ਘਰਾਂ ਦੀ ਬਾਹਰ ਲੈ ਬੰਨੇ ਤਿੰਨ ਘਰ, ਪਿੱਛੋਂ ਤਿੰਨ ਘਰਾਂ ਦਾ ਗਰਾਊਂਡ ਇਹ ਬਣਾ ਤਾ, ਗੱਭੀ ਗਬਲੀ ਉਹਨੇ ਚੱਕਤੀ ਫੈਂਸ ਪਿੱਛੋਂ, ਫੈਂਸ ਚੱਕ ਕੇ ਕਰਦਾ ਵਿਆਹ ਅਗਲਿਆਂ ਨੇ, ਨਾਲੇ ਕੋਵਿਡ ਪੂਰਾ ਜਦ ਪੂਰਾ ਗਰਮ ਸੀ ਕੰਮ। ਕਾਹਨੂੰ ਆਪਾਂ ਆਪਣਾ ਸਭ ਤੋਂ ਵੱਡਾ ਜ਼ੋਰ ਇਹ ਆ ਵੀ ਵਿਆਹ ਜਿਹੜਾ ਇਹ ਤੇ ਜ਼ੋਰ ਲਾਉਣਾ ਪੂਰਾ, ਤੇ ਪੈਸਾ ਪ੍ਰੈਸਟੀਜ ਸੈਲਿਬ੍ਰਿਟੀ ਇਹ ਸਟੇਟਸ ਹੈ, ਤੁਸੀਂ ਕਿੱਥੇ ਰਹਿੰਦੇ ਹੋ ਇਹ ਨੀ ਫਰਕ ਹੈ, ਤੁਸੀਂ ਪੰਜਾਬ ਰਹਿੰਦੇ ਹੋ, ਤੁਸੀਂ ਕੈਨੇਡਾ ਰਹਿੰਦੇ ਹੋ, ਤੁਸੀਂ ਲੰਡਨ ਰਹਿੰਦੇ ਹੋ, ਤੁਸੀਂ ਅਮਰੀਕਾ ਰਹਿੰਦੇ ਹੋ, ਇਹਦਾ ਕੋਈ ਫਰਕ ਨੀ ਹੈ। ਗੱਲ ਸਿਰੇ ਚੱਲਦੀ ਹੋਣੀ ਚਾਹੀਦੀ ਆ, ਕੋਈ ਹੋਵੇ ਵੈ ਨਾ ਕੋਈ ਪ੍ਰੋਬਲਮ ਨੀ, ਮਹੱਤੜ ਹੋਵੇ ਗਰੀਬ ਹੋਵੇ ਉਹਦਾ ਸਾਰਾ ਹੀ ਕੁਛ ਆਪਾਂ ਫਿਰ ਚੈੱਕ ਕਰਨਾ ਇਹ ਕੌਣ ਹੈ ਕਿੱਥੇ ਦਾ ਕੀ ਹੈ ਇਹਦੇ ਨਾਨਕੇ ਕਿੱਥੇ ਨੇ ਦਾਦਕੇ ਕਿੱਥੇ ਨੇ, ਪਰ ਜਾਂ ਗੁੱਡੀ ਚੜੀ ਹੁੰਦੀ ਅਗਲਾ ਕੋਈ ਨੀ ਪੁੱਛਦਾ। ਇਸ ਦੀ ਜਿਹੜੀ ਪਹਿਲਾਂ ਤਾਂ ਇਹ ਸੀ ਚਲੋ ਲੋਕਲ ਪੇਪਰਾਂ ਨੇ ਛਾਪ ਛੂਪ ਦਿੱਤੀ ਗੱਲ, ਪਰ ਹੁਣ ਸਾਰੇ ਜਿਹੜੇ ਨਿਊਜ਼ ਚੈਨਲ ਉਸਨੂੰ ਦਿਖਾ ਰਹੇ ਨੇ ਮੁੜ ਦਿਖਾ ਰਹੇ। ਵਪਾਰਕ ਸੰਦੇਸ਼, ਸੋਰੀ ਰਘਵੀਰ ਸਿੰਘ ਜੀ ਲਾਈਨ ਨੰਬਰ 2। ਹਾਂ ਗਿੱਲ ਸਾਹਿਬ, ਜਿਹੜੀ ਤੁਸੀਂ ਗੱਲ ਪਹਿਲਾਂ ਸਿੰਘ ਸਾਹਿਬ ਦੱਸੀ ਗਏ ਤੁਸੀਂ ਵੀ ਕੀਤੀ ਹੈ, ਜਿਹੜਾ ਆਪਾਂ ਕਹਿ ਦਿੰਦੇ ਡਾਊਨ ਟੂ ਅਰਥ ਹੋਣਾ, ਜਾਂ ਜਿਵੇਂ ਕਹਿੰਦੇ ਜੇ ਤੁਹਾਡਾ ਤੇਰਾ ਸਮਾਨ ਨਾ ਲੱਗਦਾ ਤੇ ਜ਼ਮੀਨ ਤੇ ਪੈਰ ਹੋਣੀ ਚਾਹੀਦੀ ਹੈ। ਮੇਰਾ ਵੀ ਇਹ ਐਕਸਪੀਰੀਅੰਸ ਹੋਇਆ, ਜਿਹੜੇ ਮਹਿੰਗੇ ਘਰਾਂ ਦੀ ਗੱਲ ਕਰਦੇ ਹੋ, ਮੇਰਾ ਇਹ ਤਜਰਬਾ ਹੋਇਆ ਵੀ ਕੁਛ ਲੋਕ ਇੰਨੇ ਕੁ ਅਮੀਰ ਹੈ ਜਿਹਨਾਂ ਨੂੰ ਪੁੱਛੀਏ ਨਾ, ਆਪ ਪੁੱਛੀਏ ਵੀ ਸੋਰੀ ਸਰ ਵੀ ਜੇ ਦੱਸੋ ਤਾਂ ਦੱਸਣ ਤੋਂ ਝਿਜਕ ਰਹੇ ਆ ਵੀ ਆਪਦਾ ਸ਼ੋਅ ਨੀ ਕਰਦੇ, ਪਤਾ ਨੀ ਕਿੰਨੇ ਦਾ ਅਮੀਰ ਲੋਕ ਆ, ਪਤਾ ਹੀ ਨੀ ਕਿੰਨੇ, ਤੇ ਆਪਾਂ ਤਾਂ ਕੁਛ ਵੀ ਨੀ ਉਹਨਾਂ ਦੇ ਮੁਕਾਬਲੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਇੰਸਟਾਗ੍ਰਾਮ ਦੀ ਬੱਚਿਆਂ ਵਾਲੀ, ਉਹੀ ਤਾਂ ਮੈਂ ਕਮੈਂਟ ਨੂੰ ਇਹੀ ਬੇਨਤੀ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਆਨਾ ਟੈਂਟ ਨਾ ਛੱਡੋ, ਜੋ ਮਿਲਦੇ ਆ ਬਹਿੰਦੇ ਆ ਗੱਲ ਕਰਦੇ ਇਹੋ ਜਿਹੀ ਹਨਾ ਵਰਨੇ ਵਾਲੀ ਜਾਂ ਜੋ ਵੀ, ਤਾਂ ਉਹਨਾਂ ਨੂੰ ਇਹ ਦੱਸਣ ਵੀ ਇਹਨਾਂ ਨੂੰ ਤਾਂ ਬਾਈ ਫਾਇਦਾ ਹੀ ਫਾਇਦਾ ਹਰੇਕ ਗੱਲ ਚ, ਦੱਸਿਆ ਵੀ ਜਿੰਨਾ ਇਹਨੂੰ ਵਾਚ ਕਰੋਗੇ ਦੇਖੋਗੇ ਉਹ ਵਿਊਜ਼ ਹੈ, ਤਾਂ ਉਹਨਾਂ ਨੂੰ ਚਾਨਣਾ ਪਾਓ ਬਸ। ਇਹ ਆਪਾਂ ਜਿਹੜੇ ਦੇਸ਼ ਚ ਰਹਿੰਦੇ ਹਾਂ ਇੰਡੀਆ ਚੱਲਦਾ ਉੱਥੇ ਵੇਹਦੇ ਲੋਕ ਵੀ ਬੱਲੇ ਬੱਲੇ ਵੀ ਤੁਸੀਂ ਚੱਕ ਲਓ ਚੱਕ ਲਓ, ਇਹ ਤਾਂ ਸਾਨੂੰ ਆਪ ਨੂੰ ਸੋਚਿਆ ਪੈਣਾ ਅੱਗੇ ਕਮਿਊਨਿਟੀ ਦਾ ਸਾਡਾ ਕਿੰਨਾ ਕੁ ਠੀਕ ਹੈ ਆਪਾਂ ਜਿਹੜੀ ਮੈਂ ਤੁਹਾਨੂੰ ਕਰਨੀ ਚਾਹੁੰਦਾ ਇਹ ਹੈ ਵੀ ਜਿਹੜੀ ਪੈਸੇ ਰਘਵੀਰ ਉਹਨਾਂ ਨੇ ਕਿਹਾ ਜੋ ਵੀ ਟੈਕਸੀ ਚਲਾਉਂਦੇ ਆ, ਵਾਕਈ ਬਹੁਤ ਪੈਸਾ ਲੋਕਾਂ ਕੋਲ, ਜੈਟ ਅਗਲੇ ਦੇ ਖੜੇ ਆ ਸਾਊਥ ਟਰਮੀਨਲ ਤੇ ਵੈਨਕੂਵਰ ਦੇ ਵਿੱਚ, ਤੇ ਮਤਲਬ ਤੁਸੀਂ ਛੱਡਦੇ ਹੋ ਗੱਲ, ਪਰ ਉਹਨਾਂ ਦਾ ਇੱਕ ਸਟਾਈਲ ਆ ਜ਼ਿੰਦਗੀ ਜਿਉਣ ਦਾ, ਉਹਨੂੰ ਉਹ ਬਦਲਦੇ, ਉਹ ਆਪਣਾ ਪੈਸਾ, ਉਹਨਾਂ ਦਾ ਪੈਸਾ ਕਿਸੇ ਦੀ ਹਿੱਕ ਤੇ ਨਹੀਂ ਚੜ੍ਹਦਾ, ਇਹ ਗੱਲ ਮੰਨਣੀ ਪਊ ਇਹਨਾਂ ਨੂੰ, ਇਹ ਇੱਕ ਮਾਣ ਲਾ ਲਓ ਕਮਿਊਨਿਟੀ ਨੂੰ। ਤੇ ਸੁੱਖੀ ਜੀ ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਜੀ। ਹਾਂਜੀ, ਦੇਖੋ ਗਿੱਲ ਸਾਹਿਬ, ਜਿਹੜਾ ਮੀਡੀਆ ਦੀ ਗੱਲ ਕਰਦੇ ਨਾ ਆਪਾਂ ਵੀ ਨਾਓ ਨੇ ਜਾਂ ਸਰੀ ਲੀਡਰ ਨੇ ਇਹ ਗੱਲ ਚੱਕੀ ਆ, ਸੋ ਤੁਹਾਨੂੰ ਪਤਾ ਹੀ ਆ ਜੀ ਆਪਣੀ ਕਮਿਊਨਿਟੀ, ਕਿਉਂਕਿ ਜਦੋਂ ਕਿੰਨੀ ਸਟਰਗਲ ਚੋਂ ਨਿਕਲੀ ਆ ਆਪਾਂ, 100 ਸਾਲ ਤੋਂ ਉੱਤੇ ਹੋ ਗਿਆ, ਸੋ ਇਹ ਤਰੱਕੀਆਂ ਕੀਤੀਆਂ ਇਹ ਇਹਨਾਂ ਨੂੰ ਚੱਲਦੀਆਂ ਨੇ, ਸੋ ਇਹ ਵੀ ਆਪਣੇ ਇੰਡੀਆ ਵਾਲੇ ਗੋਦੀ ਮੀਡੀਆ ਵਾਲਾ ਹੀ ਆ, ਜਦੋਂ ਆਪਣੀ ਕੋਈ ਗੱਲ ਹੁੰਦੀ ਆ ਉਹਨੂੰ ਬਹੁਤ ਛੇਤੀ ਚੱਕਦੇ ਆ, ਜੇ ਕੋਈ ਚੰਗੀ ਗੱਲ ਹੁੰਦੀ ਆ ਤਾਂ ਉਹਨੂੰ ਇਹ ਬਾਹਲਾ ਚੱਕਦੇ ਨੇ, ਸੋ ਇਹ ਮੀਡੀਆ ਦਾ ਬਾਹਲਾ ਤਾਂ ਆਪਾਂ ਨੂੰ ਨਹੀਂ ਚਾਹੀਦਾ, ਕਿਉਂਕਿ ਇਹਨਾਂ ਨੇ ਹਮੇਸ਼ਾ ਆਪਣੇ ਨਾਲ ਡਿਸਕ੍ਰਿਮੀਨੇਸ਼ਨ ਤਾਂ ਕੀਤਾ ਹੀ ਆ, ਪਰ ਜਿਹੜੀ ਗੱਲ ਹੈਗੀ ਆ ਵੀ ਤੁਸੀਂ ਉੱਚੇ ਗਾਣੇ ਲਾਉਣੇ ਜਾਂ ਕੁਛ ਇਹਦਾ ਸ਼ੋਅ ਅਪ ਕਰਨਾ, ਉਹ ਦੇਖਿਆ ਜਾਵੇ ਜੇ ਹੁਣ ਮੇਰੀ ਨੇਬਰਹੁੱਡ ਦੇ ਵਿੱਚ ਰਾਤ ਨੂੰ ਮੈਂ ਪਤਾ ਵੀ ਸਵੇਰੇ ਕੰਮ ਤੇ ਜਾਣਾ ਹੈਗਾ, ਤਾਂ ਜੇ ਉੱਥੇ 12-1 ਵਜੇ ਤੱਕ ਹੋਊਗਾ ਤਾਂ ਫਿਰ ਮੈਂ ਵੀ ਕੰਪਲੇਨ ਕਰੂੰਗਾ, ਸੋ ਉਹ ਤੋਂ ਥੋੜ੍ਹਾ ਗਰੇਜ਼ ਕਰਨਾ ਚਾਹੀਦਾ, ਕਿਉਂਕਿ ਜੇ ਤੁਹਾਡੇ ਕੋਲ ਪੈਸਾ ਹੈਗਾ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਦੂਜਿਆਂ ਨੂੰ ਕੀੜੇ ਮਕੌੜੇ ਸਮਝੀਏ ਜਾਂ ਆਪਾਂ, ਕਿਉਂਕਿ ਜੇ ਇੱਥੋਂ ਦਾ
ਬਾਇਲਾਅ ਹੈਗਾ ਜੀ ਆਪਣੇ, ਤਾਹੀਓ ਆਪਾਂ ਥੋੜੇ ਬਹੁਤੇ ਸੇਫ ਹੈਗੇ ਆ, ਨਹੀਂ ਤਾਂ ਫਿਰ ਜੇ ਇਹੀ ਕੰਮ ਹੀ ਕਰਨਾ ਫਿਰ ਆਪਾਂ ਉਹਨੂੰ ਏਰੀਆ ਚ ਵੀ ਜਾਇਜ਼ ਕਰ ਸਕਦੇ। ਮਿਹਰਬਾਨੀ, ਧੰਨਵਾਦ ਜੀ। ਰੀਹਲ ਸਾਹਿਬ ਲਾਇਨ ਨੰਬਰ ਰੀਹਲ ਜੀ, ਹਾਂਜੀ ਰੀਹਲ ਸਾਹਿਬ ਲਾਈਨ ਨੰਬਰ 2 ਜੀ। ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਕੋਲ ਮਾਫੀ ਮੰਗਦਾ, ਆਪਣੀ ਗਲਤੀ ਨਾਲ ਲਾਈਨ ਕੱਟ ਹੋ ਗਈ ਸਿੰਘ ਜੀ। ਹਾਂਜੀ ਹਾਂਜੀ, ਮੈਂ ਤੁਹਾਡਾ ਸੁਣਦਾ ਪਰ ਕਦੇ ਕਦੇ ਕਾਲ ਕਰੀ ਦੀ ਆ, ਪਰ ਜਿਹੜਾ ਜਿੱਦਾਂ ਬਿੱਲ ਚੱਲ ਰਿਹਾ ਹੈਗਾ, ਚਲੋ ਵੈਨਿਊ ਦਾ ਮੈਂ ਕੀ ਕਹਿ ਸਕਦਾ ਉਹਦੇ ਵਾਸਤੇ ਜੀ, ਪਰ ਆਪਣੇ ਦੇਖਿਆ ਵੀ ਤਾਂ ਤੁਸੀਂ ਇੱਥੇ ਦੇਖਿਆ ਹੋਣਾ, ਬਾਕੀ ਸਰੀ ਦੇ ਵਿੱਚ ਵੀ ਜਾਂ ਅੰਮ੍ਰਿਤਸਰ ਵੀ ਦੇਖਿਆ ਵੀ ਗੱਡੀਆਂ ਦੇ ਵਿੱਚ ਵੀ ਲੋਕੀ ਆਪਣੇ ਲੋਕੀ ਬਲਵੀਆਂ ਮਸਟੰਗ ਜਾਂ ਹੋਰ ਬਲਵੀਆਂ ਗੱਡੀਆਂ ਲੈ ਕੇ ਉਹ ਇੰਨਾ ਉੱਚੀ ਮਿਊਜ਼ਿਕ ਲਾਇਆ ਜਾਂਦਾ ਜੀ। ਦੂਸਰੀ ਚੀਜ਼ ਮੈਂ ਕਹਿਣਾ ਚਾਹੁੰਦਾ, ਆਪਣੇ ਉੱਥੇ ਐਪਸਪੋਰਟ ਦੇ ਵਿੱਚ ਹੀ ਸੀਰੀ ਪਾਰਕ ਪਲੇਸ ਦੇ ਵਿੱਚ ਹੁਣ ਐਸੇ ਹਫ਼ਤੇ ਜਾਂ ਪਿਛਲੇ ਹਫ਼ਤੇ ਜਲੇਬੀਆਂ ਬਣ ਰਹੀਆਂ ਸੀ, ਟੈਂਟ ਲੱਗੇ ਹੋਏ ਸੀ ਜੀ, ਉੱਥੇ ਇੱਕ ਟੈਂਟ ਦੇ ਵਿੱਚ ਉਹਨਾਂ ਨੇ ਇੰਨਾ ਇੰਨਾ ਮਿਊਜ਼ਿਕ ਉੱਚੀ ਉੱਚੀ ਲਾਇਆ ਸੀ, ਇਹਦੀ ਕੋਈ ਲੋੜ ਨਹੀਂ ਹੈ ਜੀ। ਉਨਾ ਕੁ ਤੁਸੀਂ ਲਾ ਲਓ ਜਿੰਨੀ ਵਾਰ ਤੁਸੀਂ ਆਪਣੇ ਟੈਂਟ ਦੇ ਵਿੱਚ ਸੁਣਾ ਲਓ, ਇਹਦੇ ਲਈ ਵੀ ਤੁਸੀਂ ਸਾਰੇ ਸਾਰੇ ਪਲਾਜ਼ਾ ਨੂੰ ਆਪਣੇ ਸੁਣਾ ਜੀ। ਮੈਨੂੰ ਮੈਨੂੰ ਪਤਾ ਹੈ ਕਿ ਲਾਸਟ ਈਅਰ ਆਪਣੇ ਨਾਲਦਿਆਂ ਨੇ ਮੇਰੇ ਘਰ ਪੇ ਕੰਪਲੇਂਟ ਕੀਤਾ, ਪੁਲਿਸ ਆਇਆ ਤਾਂ ਫਿਰ ਉਹਨਾਂ ਨੂੰ ਕਿਹਾ ਵੀ ਆਵਾਜ਼ ਥੋੜੀ ਘੱਟ ਹੋਏ ਦੀ ਆ ਜੀ, ਬਸ ਇਹੀ ਮੇਰਾ ਕਹਿਣਾ ਜੀ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਬਾਜਵਾ ਜੀ ਲਾਈਨ ਨੰਬਰ, ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇਹ ਤਾਂ ਉਹ ਚਾਹੁੰਦੇ ਸੀ ਕਿਉਂਕਿ ਸੈਲਿਬ੍ਰਿਟੀ ਬੰਦੇ ਆ, ਉਹ ਵੀ ਫਿਲਮ ਇੰਡਸਟਰੀ ਚ, ਇਹ ਤਾਂ ਉਹ ਚਾਹੁੰਦੇ ਸੀ ਵੀ ਸਾਡੀ ਮਸ਼ਹੂਰੀ ਹੋਵੇ, ਨਹੀਂ ਤਾਂ ਉਹਨਾਂ ਨੂੰ ਵੀ ਪਤਾ ਹੈ ਵੀ ਜਿੰਨਾ ਪੈਸਾ ਖਰਚਣਾ ਸੀ ਉਹ ਕਿਸੇ, ਅੱਜ ਕੱਲ੍ਹ ਤਾਂ ਲੋਕੀ ਫਾਰਮਾਂ ਚ ਵੀ ਵਿਆਹ ਕਰਦੇ ਆ, ਰੈਜੀਡੈਂਸ਼ੀਅਲ ਏਰੀਆ ਤੋਂ ਦੂਰ ਵੀ ਕਰ ਸਕਦੀ, ਜਾਂ ਇਨਡੋਰ ਜਾਂ ਆਊਟਡੋਰ ਹਾਲ ਵੀ ਮਿਲ ਜਾਂਦੇ ਬਹੁਤ, ਉਹ ਤਾਂ ਇਹੀ ਚਾਹੁੰਦੇ ਸੀ ਸਾਡੀ ਐਡਵਰਟਾਈਜਮੈਂਟ ਹੋਵੇ, ਸਾਰਿਆਂ ਨੂੰ ਪਤਾ ਲੱਗੇ। ਬਾਕੀ ਉਹ ਵੀਕਐਂਡ ਤੇ ਵੀ ਕਰ ਸਕਦੇ ਸੀ, ਪਿੱਛੇ ਲੌਂਗ ਵੀਕਐਂਡ ਲੰਘ ਕੇ ਉਦੋਂ ਵੀ ਕਰ ਸਕਦੇ, ਉਦੋਂ ਚਾਹੇ ਤੁਸੀਂ ਸਾਰੀ ਰਾਤ 12-1 ਵਜੇ ਤੱਕ ਰੌਲਾ ਪਾਈ ਜੋ, ਕੋਈ ਬੋਦਰ ਹੀ ਨਹੀਂ ਕਰਦਾ। ਪਰ ਮੇਨ ਗੱਲ ਇਹ ਜੀ, ਮੈਂ ਤੇ ਕਹਿੰਦਾ ਦੇਖੋ ਉਹਨਾਂ ਦੇ ਜਿਹੜੇ, ਚਲੋ ਆਪਾਂ ਕਿਸੇ ਦੀ ਕਿੰਤੂ ਪ੍ਰੰਤ ਕੀ ਕਰਨਾ, ਦੇਖੋ ਹੁਣ ਉਹ ਬੀਸੀ ਲਿਬਰਲ ਵੱਲੋਂ ਵੀ ਕੈਂਡੀਡੇਟ ਖੜੇ ਸੀ, ਉਹਨਾਂ ਦੇ ਵਾਈਫ ਹੈ ਨਾ, ਚੱਲ ਉਹਨਾਂ ਨੂੰ ਪਰਮਾਤਮਾ ਚਲੋ ਉਹਨਾਂ ਨੂੰ ਵਧਾਈਆਂ ਵਿਆਹ ਦੀਆਂ, ਪਰ ਥੋੜੇ ਜਿਹੇ ਜੇ ਤੁਸੀਂ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਨ ਲਈ ਖੜਦੇ ਆ, ਤੁਹਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਬਾਈਲਾਲ ਵੀ ਕੀ ਆ ਸਾਡੇ ਸਿਟੀ ਦੇ ਜਾਂ ਕੈਨੇਡਾ ਦੇ, ਇਹੀ ਜੀ ਮੇਰਾ ਕੰਸਰਨ ਸੀ ਜੀ। ਥੈਂਕ ਯੂ, ਧੰਨਵਾਦ ਜੀ। ਬਿਲਕੁਲ, ਲਿਬਰਲ ਦੇ ਉਹ ਲੀਡਰ ਸਨ, ਕੈਂਡੀਡੇਟ ਸਨ, ਹੁਣ ਬ੍ਰੈਡ ਵਿਸ ਦੇ ਖਿਲਾਫ ਗੀਤ ਗਰੇਵਾਲ ਹੁਣੀ ਖੜੇ ਸੀ, ਥੋੜੀ ਉਹ ਵੋਟਾਂ ਤੇ ਹਾਰੇ ਨੇ, ਤੇ ਫਿਰ ਵੀ ਕੋਸ਼ਿਸ਼ ਕਰ ਸਕਦੇ ਨੇ ਖੜਨ ਦੀ। ਤੇ ਇਹ ਤਾਂ ਸਾਰੀਆਂ ਬਾਜਵਾ ਸਾਹਿਬ ਜਿਹੜੀਆਂ ਗੱਲਾਂ ਆਪਾਂ ਸੋਚਦੇ ਹਾਂ ਨਾ ਵੀ ਵੀਕਐਂਡ ਤੇ ਵਿਆਹ ਹੋ ਜਾਂਦਾ ਜੀ, ਬਾਹਰ ਕਰ ਲੈਂਦੇ, ਕੋਈ ਕਹਿੰਦਾ ਰਿਜ਼ੋਰਟ ਤੇ ਕਰ ਲੈਂਦੇ, ਉਹ ਤਾਂ ਗੱਲਾਂ ਨੇ ਸੈਕੰਡ ਥਾਟ। ਪਰ ਜਿਹਦਾ ਮੈਂ ਪਹਿਲਾਂ ਵੀ ਕਿਹਾ ਵੀ ਮਾਪੇ ਦਾ ਜਿਹੜਾ ਮਨ ਦਾ ਚਾਅ ਆਪਣੇ ਧੀ ਪੁੱਤ ਲਈ, ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਗਾਂ ਫਿਰ ਸਾਡੀ ਇਨਸਾਨੀਅਤ ਹੈ, ਤੇ ਸਾਡੀ ਜਿਹੜੀ ਮੈਂ ਕਹਿ ਦਵਾਂ ਬਈ ਸਿੱਧੇ ਪੰਜਾਬੀ ਸ਼ਬਦ ਔਕਾਤ ਹੈ। ਹੁਣ ਜਿਹੜੇ ਭਾਈਚਾਰੇ ਦੇ 20 ਵਰੇ ਪਹਿਲਾਂ 25 ਵਰੇ ਮੈਂ ਜੇ ਹੁਣ ਰੇਡੀਓ ਤੇ ਬੈਠਾ, ਕਿੰਨੀ ਵਾਰ ਮੈਂ ਤੁਹਾਨੂੰ ਕਿਹਾ ਵੀ ਮੈਂ ਜਦ ਟੈਕਸੀ ਚਲਾਉਂਦਾ ਸੀ, ਅਸੀਂ ਕਾਰਪੋਰੇਟ ਵੇਚਦੇ ਸੀ, ਤੇ ਆਹ ਚਲੋ 12 ਵਰੇ ਹੋ ਗਏ, ਗੁਰੂ ਨੇ ਕਿਰਪਾ ਕਰ ਦਿੱਤੀ, ਮਾਈਕ ਮਿਲ ਗਿਆ, ਬਾਦ ਸਾਹਿਬ ਵੱਡਿਆਂ ਨੇ ਕਹਿਤਾ ਵੀ ਚੱਲ ਬਈ ਆ ਜਾ ਕਾਕਾ, ਤੇ ਪੋਸਟ ਬਣ ਕੇ ਤੁਹਾਡੇ ਨਾਲ ਗੱਲਾਂ ਕਰਦੇ ਆ, ਇਉਂ ਹੀ ਹੋਇਆ ਹੋਇਆ ਸਾਰਿਆਂ ਦਾ। ਉਹਨਾਂ ਦਾ ਉਹਦਾ ਇਹ ਨੀ ਮਤਲਬ ਵੀ ਮੈਂ ਜਿੱਦਣ ਉਤਰਿਆ ਤੇ ਮੈਂ ਹੋਸਟ ਬਣ ਕੇ ਇੱਥੇ ਉਤਰਿਆ ਤੇ ਹਰਜੀਤ ਸਿੰਘ ਨੂੰ ਦੁਨੀਆ ਹੀ ਜਾਣਦੀ ਸੀ, ਨੋ, ਹੁਣ ਵੀ ਨੀ। ਤੁਹਾਨੂੰ ਜਿੰਨੇ ਸਰੀ ਦੇ ਵਿੱਚ ਜਿੰਨੇ ਕੁ ਲੋਕ ਸੁਣਦੇ ਨੇ, ਚੱਲ ਸ਼ੁਕਰ ਹੈ ਜਿੰਨੇ ਵੈਨਕੂਵਰ ਦੇ ਏਰੀਏ ਚ ਲਾ ਲਾ। ਇੱਕ ਇਹ ਜਿਹੜਾ ਤੁਹਾਨੂੰ ਮੂਹਰੇ ਚੀਜ਼ ਲਿਖਣਾ, ਯਾਰ ਮੈਂ ਵੱਡਾ ਕਿਹਨੂੰ ਬਣ ਕੇ ਦਿਖਾਉਣਾ? ਮੈਂ ਮੰਨ ਸਕਦਾ ਬਈ ਕੈਪਟਨ ਲਿਆ ਆ ਕੇ ਪੋਤੇ ਨੂੰ ਵਿਆਹੇ ਵੈਨਕੂਵਰ ਦੇ ਵਿੱਚ, ਤੇ ਚੂੜੀਦਾਰ ਪਜਾਮਿਆਂ ਵਾਲੇ, ਜਿਹੜੀਆਂ ਪਜਾਮੀਆਂ ਵਾਲੇ, ਖੁੱਸਿਆਂ ਵਾਲੇ, ਤੇ ਲੰਮੀਆਂ ਜਿਹੜੀਆਂ ਸ਼ੇਰਵਾਨੀਆਂ ਵਾਲੇ, ਤੇ ਉਹ ਇਹੋ ਜਿਹਾ ਕੁਛ ਉਹ ਕਰ ਦੇਣਗੇ, ਕਿਉਂਕਿ ਉਹ ਕਹਿਣਗੇ ਵੀ ਅਸੀਂ ਤਾਂ 300 ਸਾਲਾਂ ਦੇ ਰਾਜੇ ਹਾਂ, ਅਸੀਂ ਤਾਂ ਘਰਾਂ ਚ, ਸਾਡੇ ਤਾਂ ਦਾਦੇ ਨੇ 365 ਰੱਖੀ ਹੋਏ ਜੀ, ਅਸੀਂ ਤਾਂ ਕੋਈ ਕਹਾਣੀ ਹੈ ਨੀ, ਅਸੀਂ ਫੂਲ ਕਿਆਂ ਵਾਲੇ ਆ। ਜਿਹੜੇ ਹੁਣ ਆਪਾਂ ਪੰਜਾਬ ਤੋਂ ਮੱਧ ਵਰਗੀ ਆਏ ਹਾਂ, ਸਾਰਿਆਂ ਨੂੰ ਹੀ ਪਤਾ ਵੀ ਨਾਨਕੇ ਤੇ ਦਾਦਕੇ ਭੂਆ ਕਿੱਥੇ ਵਿਆਹੀ। ਹੁਣ ਉਹਨਾਂ ਨੂੰ ਕਈ ਵਾਰ ਮਨ ਦਾ ਥੌਟ ਹੈ, ਇਹ ਵੀ ਇਹ ਤੇ ਅਲੱਗ ਅਲੱਗ ਬੰਦੇ ਦੀ ਅਲੱਗ ਅਲੱਗ ਆ ਵੀ ਯਾਰ
ਮੈਂ ਇਹਨਾਂ ਨੂੰ ਵੱਡੇ ਬਣ ਕੇ ਕਿਹਨੂੰ ਦਿਖਾਊਂਗਾ, ਕਿਹਨੂੰ ਮੈਂ ਦੱਸੂਗਾ ਬਈ ਆ ਦੇਖੋ ਇਹ ਇੰਨਾ ਪੈਸਾ ਹੋ ਗਿਆ ਮੇਰੇ ਕੋਲ, ਆ ਦੇਖੋ ਟਰੱਕ ਮੇਰਾ। ਉਹ ਕਹਿੰਦਾ ਬਸ ਕਰ ਯਾਰ, ਤੂੰ ਜੇ ਮੂੰਹ ਤੇ ਨੀ ਕਹੂ ਤਾਂ ਪਿੱਠ ਤੇ ਕਹਿ ਦੂ, ਤੁਰਨ ਨੀ ਦੇਣਾ ਉਹਨੇ, ਗੱਡੀ ਚ ਬਹਿਣ ਨੀ ਦੇਣਾ। ਸੋ ਜਿਹੜਾ ਰਲਮਾ ਮਿਲਮਾ ਹੁੰਦਾ ਉਹ ਬਹੁਤ ਵਧੀਆ। ਵੀਹ ਪੰਦਰਾਂ ਜਣੀਆਂ ਦੇ ਤੇ ਜਾਂ ਜਣਿਆਂ ਦੇ ਮੇਲੇ ਤੇ ਜਾਂਦਿਆਂ ਨੂੰ ਪੰਦਰਾਂ ਦੇ ਵਿੱਚੋਂ ਕੋਈ ਨੀ ਪਛਾਣਦਾ ਵੀ ਕੌਣ ਤੁਰਿਆ ਜਾਂਦਾ। ਜੇ ਪੰਦਰਾਂ ਚੋਂ ਲੰਘ ਕੇ ਬਾਹਰ ਨੂੰ ਜ਼ੀਰੋ ਬਣਾ ਕੇ ਵਿੱਚ ਲੜਨਾ ਇਕੱਠ ਚ, ਅਗਲਾ ਦੇਖਦਾ ਦੇਖ ਹੋਏ ਉਹ ਦੇਖ। ਇਸੇ ਤਰ੍ਹਾਂ ਹੀ ਦੁਨੀਆ ਬਹੁਤ ਕੁਛ ਹੈ ਕਰਨ ਨੂੰ ਤੁਹਾਡੀ ਇਨਸਾਨੀਅਤ ਦੇ ਲਈ, ਲੁਕਾਈ ਦੇ ਲਈ, ਆਮ ਲੋਕਾਂ ਲਈ। ਧਰਨੇ ਤੇ ਸਾਡੇ ਜਿਹਨਾਂ ਜਿਹਨਾਂ ਦਾ ਨਾਂ ਲਾਈ ਬੈਠਿਆ, ਜਿਹਨਾਂ ਦੇ ਨਾਂ ਦੇ ਨਾਲ ਅਸੀਂ ਪਿੰਗੜਦੇ ਹਾਂ, ਉਹ ਆਹ ਕਰ ਦਿਆਂਗੇ, ਵੋ ਕਰ ਦਿਆਂਗੇ, ਜੇ ਕਰ ਦਿਆਂਗੇ। ਗਿਆਰਾਂ ਮਹੀਨੇ ਹੋ ਗਏ ਬੈਠਿਆਂ ਨੂੰ, ਉੱਥੇ ਪ੍ਰਸ਼ਾਦਾ ਪਾਣੀ ਕਿਵੇਂ ਚੱਲਦਾ, ਕਿੱਥੋਂ ਇਕੱਠੇ ਹੋ ਕੇ ਜਾਂਦੇ ਨੇ, ਕੀ ਹੁੰਦਾ, ਉਹ ਤਾਂ ਉਹ ਜਾਣਨ ਜਾਂ ਭੇਜਣ ਵਾਲੇ ਜਾਣਨ। ਤੇ ਅਮੀਰੀ ਜਿਹੜੀ ਹੈ ਪੰਜਾਬੀਆਂ ਦੀ, ਵੈਨਕੂਵਰ ਦੇ ਏਰੀਏ ਚ ਬਹੁਤ ਅਮੀਰੀ ਹੈ, ਲੋਕਾਂ ਕੋਲ ਪੈਸਾ ਬਹੁਤ ਹੈ, ਕਿਉਂਕਿ ਪੈਸੇ ਬਣਦੇ ਬਹੁਤ ਛੇਤੀ। ਕਹਿੰਦੇ ਨੇ ਵੀ ਇੱਕ ਸੱਟ ਲੱਗ ਨਾ ਇੱਕ ਤੇ ਸੱਟ ਲਵਾ ਦੇਵੇ ਕੋਈ ਸਵਾਰ ਕੇ, ਬਸ ਕਿੱਥੇ ਮੁੱਕਦੇ ਆ। ਜਾਂ ਜ਼ੀਰੋਆਂ ਲੱਗ ਗਈਆਂ ਫਿਰ ਜ਼ੀਰੋਆਂ ਤੇ ਜ਼ੀਰੋਆਂ ਤੂੰ ਹੀ ਜਾਣੀਆਂ ਨੇ, ਹਰ ਦੂਜੇ ਹਰ ਤੀਜੇ ਮਹੀਨੇ ਹਰ ਚੌਥੇ ਮਹੀਨੇ। ਉਹਨਾਂ ਨੇ ਕਿਤੇ ਰੋਕਣਾ ਥੋੜਾ ਕੁਛ। ਹਾਂ ਇੱਕੋ ਹੀ ਕਹਾਣੀ ਹੈ ਬਈ, ਜਿਹੜੀ ਤੇਸੀ ਕਾਂਡੀ ਹੱਥ ਚੋਂ ਸੁੱਟਣੀ ਹੈ ਉਹਦੇ ਲਈ ਕੋਈ ਸੇਧ ਕਰ ਦੇਵੇ ਬਸ। ਤੇ ਉਹਦੇ ਬਾਅਦ ਤਾਂ ਫਿਰ ਉਹ ਕਹਿੰਦਾ ਕੌਣ ਕਿੱਥੇ ਕਿਹੜੀ ਕਿਹੜੀ ਕਹਾਣੀ ਕਿਹੜੀ ਗੱਲ ਕਰਦਾ ਤੂੰ, ਉਹ ਨੀ ਅਸੀਂ ਨੀ ਸੀ, ਉਹ ਕੋਈ ਬੰਦਾ ਹੋਰ ਸੀ। ਇਉਂ ਇਹ ਜ਼ਰੂਰੀ ਹੈ ਕੁਛ। ਤੇ ਬਾਕੀ ਆਪਣਾ ਆਪਣਾ ਮਨ ਹੈ, ਆਪਣਾ ਆਪਣਾ ਦੀਦਾ ਹੈ। ਇਹ ਨੀ ਹੈ ਕਿ ਹਰ ਇੱਕ ਇਨਸਾਨ ਇਸ ਤਰ੍ਹਾਂ ਕਰਦੇ ਨੇ। ਬਹੁਤ ਵਿਆਹ ਅਮੀਰ ਲੋਕਾਂ ਦੇ ਇੱਥੇ ਵੈਨਕੂਵਰ ਚ ਪਿਛਲੇ 15 ਸਾਲਾਂ ਚ ਵੇਖੇ ਨੇ, ਪਤਾ ਵੀ ਨੀ ਲੱਗਦਾ ਵਿਆਹ ਹੋ ਜਾਂਦਾ। ਅਗਲਾ ਕਹਿੰਦਾ ਨਾ ਨਾ ਯਾਰ, ਕਿਹਨਾਂ ਨੂੰ ਦਿਖਾਉਣਾ ਹੈ, ਕੀ ਕਰਨਾ। ਅੱਛਾ ਫੇਰ ਜਦ ਬੇਗਾਨੇ ਹੱਥੀ ਕਈ ਵਾਰ ਕਹਾਣੀ ਹੋ ਜਾਂਦੀ, ਕਈ ਵਾਰ ਕੁੜੀ ਵਾਲੇ ਨੀ ਮੁੰਡੇ ਵਾਲੇ ਹੱਥ ਚੋਂ ਨਿਕਲਦੇ ਨੇ, ਉਹ ਕਹਿੰਦਾ ਨਾ ਅਸੀਂ ਤਾਂ ਆਹ ਕਰਨਾ ਹੈ ਆ। ਫਿਰ ਹੁਣ ਤਾਂ ਪਦਾਰਥਵਾਦੀ ਯੁੱਗ ਵੀ ਨਾਲ ਹੋ ਗਿਆ ਨਾ, ਸੋਸ਼ਲ ਮੀਡੀਆ ਹੋ ਗਿਆ, ਬੜਾ ਕੁਛ ਇਕੱਠਾ ਹੋ ਗਿਆ। ਹੁਣ ਤਾਂ ਕਹਾਣੀ ਅਲੱਗ ਹੋ ਗਈ, ਉਹ ਸਮਾਂ ਲੰਘ ਗਿਆ। ਸੋ ਇਹ ਚਰਚਾ ਜਿਹੜੀ ਅਕਸਰ ਅੱਗੇ ਵੀ ਚਰਚਾ ਹੁੰਦੀ ਹੈ, ਉਹ ਕੁਛ ਰੇਸਿਜ਼ਮ ਦੀ ਗੱਲ ਹੋਊ, ਕੋਈ ਕਹੂ ਨਹੀਂ ਤੁਸੀਂ ਜਲਦੇ ਹੋ, ਕੋਈ ਕਹੂ ਨਹੀਂ ਅਸੀਂ ਖਰਚਣੇ ਸੀ, ਉਹ ਮਲਟੀਪਲ ਥਾਟਸ ਹੁੰਦੇ ਨੇ, ਇਹਨੂੰ ਚੇਂਜ ਨਹੀਂ ਤੁਸੀਂ ਕਰ ਸਕਦੇ। ਡਿਓਲ ਸਾਹਿਬ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ। ਦੇਖੋ ਇੱਕ ਤਾਂ ਇਹਦੇ ਵਿੱਚ ਇੱਦਾਂ ਵੀ ਇਹ ਤਕਰੀਬਨ ਹੁਣ ਸਮਾਜ ਦਾ ਹਿੱਸਾ ਵੀ ਇਹ ਸਾਰਾ ਕੁਛ ਤਕਰੀਬਨ, ਇਹ ਮੇਰੇ ਖਿਆਲ ਨਾਲ ਇਹਨੂੰ ਰੇਸਿਜ਼ਮ ਚ ਕਹਿਣਾ ਜਾਂ ਕਿੱਦਾਂ, ਇਹ ਤਾਂ ਤਕਰੀਬਨ ਹਰ ਵਰਗ ਦੀ ਸੋਸਾਇਟੀ ਜਿੱਦਾਂ ਦਾ ਹੁਣ ਅੱਜ ਕੱਲ ਦਾ ਕਲਚਰ ਮਤਲਬ ਸੋਸਾਇਟੀ ਬਣੀ ਹੋ ਮਟੀਰੀਅਲਿਸਟ, ਇਹਦੇ ਵਿੱਚ ਸਾਰੀਆਂ ਕਮਿਊਨਿਟੀਆਂ ਜੇ ਇਹ ਕਲਚਰ ਹੈਗਾ ਆ। ਪਰ ਇਹਦੇ ਵਿੱਚ ਮੈਨੂੰ ਜਿਹੜੀ ਨਿੱਜੀ ਤੌਰ ਤੇ ਚੀਜ਼ ਲੱਗੀ ਆ ਵੀ ਇੱਕ ਤਾਂ ਹੁਣ ਉਹ ਕੁੜੀ ਮੰਨ ਲਓ ਜਿਹੜੀ ਸੀਗੀ ਉਹ ਰੀਸੈਂਟਲੀ ਇਲੈਕਸ਼ਨ ਲੜ ਕੇ ਹਟੀ ਆ, ਤੇ ਤੁਸੀਂ ਇਹ ਦੇਖੋ ਬਈ ਮਾਇੰਡ ਸੈਟ ਹੁਣ ਬੱਚਿਆਂ ਦੇ ਵੀ ਕਿੱਦਾਂ ਜਿੰਨੀ ਨੀ ਰਾਜਨੀਤੀ ਵਿੱਚ ਲੋਕਾਂ ਦਾ ਭਲਾ ਕਰਨਾ। ਇੱਕ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਵੀ ਸਤੀਸ਼ ਇਹ ਆਪਣਾ ਪ੍ਰਵੀਸ਼ ਵਰਮਾ ਦਾ ਡੈਡੀ ਸਤੀਸ਼ ਵਰਮਾ ਕਾਫੀ ਸੁਲਝੇ ਹੋਏ ਵਿਦਵਾਨ ਬੰਦੇ ਆ, ਉਹ ਪਟਿਆਲਾ ਯੂਨੀਵਰਸਿਟੀ ਤੋਂ ਆ, ਮੰਨ ਲਓ ਕਈਆਂ ਨੂੰ ਜੇ ਉਹਨਾਂ ਨੂੰ ਸੁਣਦੇ ਰਹੋਗੇ ਪੰਜਾਬੀ ਦੇ ਜਾਂ ਆਪਣੇ ਪੰਜਾਬ ਦੇ ਸਾਰੇ ਮੰਨ ਲਓ ਇਤਿਹਾਸ ਦੇ ਸਿੱਖ ਇਤਿਹਾਸ ਦੇ ਬਹੁਤ ਵੱਡੇ ਮੰਨ ਲਓ ਵਿਦਵਾਨ ਆ ਉਹ, ਮੈਂ ਤਾਂ ਉਹਨਾਂ ਨੂੰ ਮੰਨਦਾ ਸੁਣਦਾ ਜਦੋਂ ਉਹਨਾਂ ਸੁਣੀਰ ਆ। ਤੇ ਹੁਣ ਉਹਨਾਂ ਚੀਜ਼ਾਂ ਦੇ ਕਰਕੇ ਫਿਰ ਲੱਗਦਾ ਬਈ ਨਹੀਂ ਇਹ ਚੀਜ਼ ਫਿਰ ਹੁਣ, ਕਿਉਂਕਿ ਆਪਾਂ ਇਹਦੇ ਵਿੱਚ ਇੱਕ ਸਧਾਰਨ ਬੰਦੇ ਆ ਜਾਂ ਕੋਈ ਬੰਦਾ ਜਿਹਨਾਂ ਨੂੰ ਪਤਾ ਨੀ ਸੋਸਾਇਟੀ ਦੇ ਵਿੱਚ, ਉਹ ਉਹਨੇ ਆਪਣਾ ਕੰਮ ਕਰਕੇ ਕਮਾਈ ਕੀਤੀ, ਅਗਲੇ ਕਹਿੰਦੇ ਐਸ਼ ਕਰਨੀ ਜਦੋਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਆਪਾਂ ਬਾਹਲਾ ਕੰਪਲੇਂਟ ਨੀ ਕਰ ਸਕਦੇ। ਪਰ ਜਦੋਂ ਉਹ ਬੰਦੇ ਇਨਵੋਲਵ ਹੋ ਜਾਂਦੇ ਵਿੱਚ ਜਿਹੜੇ ਸੋਸਾਇਟੀ ਨੂੰ ਕੁਛ ਸੇਧ ਦੇਣ ਦੀ ਵੀ ਨਾਲੋ ਨਾਲ ਗੱਲ ਕਰਦੇ, ਪਰ ਇੱਦਾਂ ਦੇ ਤਾਂ ਆ ਕੇ ਹੁਣ ਆਪਾਂ ਨੂੰ ਤਾਂ ਨੀ ਮੇਰੇ ਖਿਆਲ ਨਾਲ ਧਿਰ ਬਣ ਕੇ ਮੈਂ ਉਹਨੂੰ ਚੰਗਾ ਮਾੜਾ ਕਹਿਣਾ ਚਾਹੁੰਦਾ, ਹੁਣ ਉਹਨਾਂ ਨੂੰ ਇਹਦੇ ਬਾਰੇ ਜ਼ਿਆਦਾ ਦੱਸਣਾ ਚਾਹੀਦਾ। ਇਹਦੇ ਨਾਲ ਹੀ ਇੱਕ ਮਿਲਦੀ ਰੀਸੈਂਟਲੀ ਤੁਸੀਂ ਜਿਹੜੀ ਦੇਖੀ ਆ ਪੰਜਾਬ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦਾ ਵਿਆਹ ਹੋਇਆ ਰੀਸੈਂਟਲੀ, ਉਹਦੇ ਵਿੱਚ ਉਹਨਾਂ ਨੇ ਕਿਉਂਕਿ ਉਹ ਵਿਆਹ ਤਾਂ ਹੁਣ ਜ਼ਿਆਦਾ ਚਰਚਾ 'ਚ ਆ ਗਿਆ ਕਿਉਂਕਿ ਉਹ ਮੁੱਖ ਮੰਤਰੀ ਬਣਿਆ ਹੋਇਆ, ਜੇ ਉੱਦਾਂ MLA ਹੁੰਦਾ ਸ਼ਾਇਦ ਨਾ ਆਉਂਦਾ ਉਹਦੇ ਵਿੱਚ ਉਹਨੀ, ਇੱਕ ਤਾਂ ਆਨੰਦ ਕਾਰਜ ਵਾਲਾ ਦਿਖਾਲਤਾ ਪ੍ਰੋਗਰਾਮ, ਤੇ ਦੂਜੀ ਜਿਹੜੀ ਪਾਰਟੀ ਆ ਉਹ ਗੱਡੀ ਵੱਡੀ ਕੀਤੀ ਜਾਂ ਕਿੱਦਾਂ, ਉਹ ਵੀ ਨਾਲੋ ਨਾਲ ਮੰਨ ਲਓ ਉਹਦੀਆਂ ਵੀ ਆ ਗਈਆਂ ਸਾਰੀਆਂ ਪਿਕਚਰਾਂ
ਜੋ ਚੱਲਿਆ ਉੱਥੇ ਸਾਰਾ ਪ੍ਰੋਗਰਾਮ। ਹੁਣ ਮੇਰਾ ਕਹਿਣ ਦਾ ਭਾਗ ਹੈ ਵੀ ਕਈ ਵਾਰੀ ਆਪਾਂ ਇੱਥੇ ਲੜਦੇ ਹਾਂ, ਇਹਨੇ ਵਿਦਵਾਨਾਂ ਦੀਆਂ ਗੱਲਾਂ ਕਹੀਆਂ ਤੇ ਜਾਂ ਰਾਜਨੀਤਿਕਾਂ ਦੀਆਂ ਕਹੀਆਂ ਤੇ ਆਪਸ ਵਿੱਚ ਧਿਰਾਂ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ। ਮੰਨ ਲਓ ਵੀ ਇਹ ਲੋਕ ਮਤਲਬ ਆੜੇ ਲੋਕ ਹੁਣ ਜਿਹਨੂੰ ਮੈਂ ਡਬਲ ਸਟੈਂਡਰਡ ਕਵਾਂ ਜਾਂ ਕਿੱਦਾਂ, ਇਕੱਲੀ ਸਾਡੀ ਦਾ ਨੀ ਮਤਲਬ ਸਾਰੀ ਕਮਿਊਨਿਟੀਆਂ ਦਾ ਇਹ ਹਾਲ ਆ ਵਿੱਚ ਇਹਦੇ ਵਿੱਚ। ਹੁਣ ਇਹ ਹੁਣ ਪੂਰੀ ਉਹ ਪਾਰਟੀ ਦੇ ਰਾਜਨੀਤਿਕ ਵੀ ਵਿੱਚ ਇਨਵੋਲਵ ਹੁੰਦੇ ਆ ਜਿੱਥੋਂ ਇਲੈਕਸ਼ਨ ਤੁਸੀਂ ਲੜਦੇ ਹੋ ਸਾਰਾ, ਇਹ ਤਾਂ ਹੁਣ ਮੇਰੇ ਖਿਆਲ ਨਾਲ ਸਾਰਿਆਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਵੀ ਆਪਾਂ ਨੂੰ ਕਈ ਵਾਰੀ ਸੁਸਾਇਟੀ ਵੱਲੋਂ ਕੁਛ ਦਿਖਾ ਲਿਆ ਹੋਰ ਜਾਂਦਾ ਉਹਨਾਂ ਦੇ ਵਿੱਚ ਅੰਦਰ, ਉਹਨਾਂ ਦੇ ਵੀ ਸਾਰੀ ਇਹੀ ਤਾਂਘ ਹੁੰਦੀ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਰੋਕਦੇ ਹੁੰਦੇ ਅਸਲ ਦੇ ਵਿੱਚ, ਉਹਨਾਂ ਦੇ ਅੰਦਰ ਵੀ ਇਹ ਤਾਂਘ ਹੁੰਦੀ ਆ ਤੇ ਬੜਾ ਔਖਾ ਹੈ ਇਹਦਾ ਕਰਨਾ। ਵੀ ਉੱਦਾਂ ਨੀ ਇਹਨੂੰ ਮੇਰੇ ਖਿਆਲ ਨਾਲ ਇੱਦਾਂ ਲੈਣਾ ਚਾਹੀਦਾ ਵੀ ਇਹ ਰੇਤ ਵੀ ਜਾਂ ਕਿੱਦਾਂ ਠੀਕ ਆ, ਉਹ ਜਦੋਂ ਤੁਸੀਂ ਦੱਸਿਆ ਵੀ ਬਾਏ ਲਾ ਨੇ ਬਾਅਦ ਉਹ ਟਿਕਟ ਦੇ ਦਿੱਤੀ, ਇਹ ਕਿਹੜਾ ਸਾਡੇ ਇਕੱਲੇ ਕਰਦੇ ਸਾਰੀਆਂ ਕਮਿਊਨਿਟੀਆਂ ਕਰਦੀਆਂ ਆ, ਕੋਈ ਏਡਾ ਇਸ਼ੂ ਤਾਂ ਨੀ ਮੇਰੇ ਖਿਆਲ ਨਾਲ। ਪਰ ਇਹ ਜ਼ਰੂਰ ਇਸ਼ੂ ਆ ਵੀ ਉਹਦਾ ਮੈਂ ਕਿਹਾ ਵੀ ਮੈਨੂੰ ਪਰਮੇਸ਼ ਵਰਮਾ ਨਾਲ ਉਹਨਾਂ ਦੇ ਫਾਦਰ ਸਾਹਿਬ ਦਾ ਜਾਣੀ ਮੈਂ ਰਿਸਪੈਕਟ ਕਰਦਾ ਉਹਨਾਂ ਦੀ, ਉਹ ਕਾਫੀ ਵਧੀਆ ਬੰਦੇ ਆ, ਪਰ ਆਈ ਡੋਂਟ ਨੋ ਹੁਣ ਕਿੱਦਾਂ ਉਹ ਇਸ ਤਰੀਕੇ ਨੂੰ ਕਿੱਦਾਂ ਲੈਂਦੇ ਆ ਵੀ ਇਹਨਾਂ ਚੀਜ਼ਾਂ ਨੂੰ। ਧੰਨਵਾਦ ਧੰਨਵਾਦ ਜੀ। ਹੁਣ ਕਾਲਰ ਜਦ ਅਖੀਰ ਦੇ ਵਿੱਚ ਤੁਸੀਂ ਆ ਜਾਂਦੇ ਹੋ, ਜਿਵੇਂ ਪਹਿਲਾਂ ਹਾਕਾ ਮਾਰ ਦਿੰਦਾ ਮੇਰੇ ਕੋਲ ਸਮਾਂ ਘੱਟ ਜਾਂਦਾ। ਤਕਰੀਰ ਸਿੰਘ ਜੀ ਲਾਈਨ ਨੰਬਰ 3। ਹਾਂਜੀ ਬਾਈ ਅਸੀਂ ਗਾਵ ਦਰਾਡਾ ਸਤਿ ਸ੍ਰੀ ਅਕਾਲ। ਸਹੀ ਆਉਂਦੀ ਹੈ ਜੀ ਮੇਰੀ ਬਿਲਕੁਲ ਦੱਸਦੀ ਘੱਟ ਆਉਂਦੀ। ਬਿਲਕੁਲ ਆ ਰਹੀ ਹੈ ਜੀ, ਬਿਲਕੁਲ ਤਕਰੀਰ ਸਿੰਘ ਜੀ ਬਿਲਕੁਲ। ਓਕੇ ਜੀ, ਉਹ ਮੈਂ ਨਾ ਇਹ ਵਿਆਹ ਤੇ ਦੇ ਨਹੀਂ ਗੱਲ ਕਰਨੀ ਸੀ ਵੀ ਗੱਲਾਂ ਸੋਹਣੀਆਂ ਕਰਦੇ ਤੇ ਗੱਲ ਇਹ ਉਹ ਆ ਗਈ ਜੀ ਵੀ ਮਤਲਬ ਪੈਸਾ ਬਹੁਤ ਛੇਤੀ ਬਣਦਾ, ਉਹ ਪ੍ਰੋਪਰਟੀਆਂ ਬਣਦਾ ਜਿਹੜਾ ਬੰਦਾ ਇੱਥੇ ਮੇਰੇ ਵਰਗਾ ਗੱਲਾਂ ਕੰਮ ਕਰਦਾ, ਡਾਊਨ ਪੇਮੈਂਟ ਇੰਨੀ ਦਿੱਤੀਆਂ ਹੁੰਦੀਆਂ, ਇੰਨੀ ਵਧਾਈ ਆਪਣੇ ਵਾਲਿਆਂ ਨੇ ਉੱਥੋਂ ਵਾਲਾ ਕੰਮ ਬਿਆਨੇ ਤੇ ਲੈ ਲਿਆ ਸੀ, ਜਾਂ ਜਿਵੇਂ ਆਪਣੇ ਉੱਥੇ ਪ੍ਰੋਪਰਟੀਆਂ ਵੇਚੀਆਂ ਸੀ ਉਵੇਂ ਹੀ ਇੱਥੇ ਕਰੀ ਜਾਂਦੇ ਆ। ਮੈਂ ਮਾਇਕ ਤੇ ਕਾਹਨੂੰ ਹਾਕਾ ਮਾਰਾ ਤਕਦੀਰ ਜੀ, ਮੈਨੂੰ ਪਤਾ ਹੋਵੇ ਕਿਵੇਂ ਬਣਦੇ ਨੇ, ਸਾਰੇ ਆਪਾਂ ਇੱਕੋ ਜਿਹੇ ਆ। ਇਹ ਤਾਂ ਇਹ ਕਰੂੰਗਾ ਮੈਂ ਗੱਲ ਕਹਿੰਦਾ, ਮੈਂ ਦੱਸਿਆ ਸੀ ਕਈ ਵਾਰ ਦੱਸੀ ਹੈ, ਟੀਕਾ ਜਦ ਪੱਟ ਤੇ ਲੱਗਦਾ ਨਾ ਹੱਡ ਚ ਲੱਗਦੀ ਹੈ ਸੂਈ, ਪਤਾ ਫੇਰ ਲੱਗਦਾ ਜਾ ਕਹਿੰਦਾ ਹਾਏ ਬੇਬੇ, ਉਹ ਕਹਿੰਦਾ ਬੇਬੇ ਕਿੱਥੇ ਹੁਣ, ਹੁਣ ਤਾਂ ਇਹ ਤਾਂ ਲੈ ਲਈ ਬਸ, ਫਿਰ ਇੱਕ ਹੀ ਇੱਕ ਨਾਲ ਹੀ ਬਣ ਜਾਂਦਾ ਕੰਮ। ਮੈਂ ਤੁਹਾਨੂੰ ਦੱਸਿਆ ਇੱਕ ਨਾਲ ਹੀ ਕਹਾਣੀ ਹੈ, ਮੈਂ ਹੁਣ ਮਹਿੰਗਾਈ ਓ ਇੰਨੀ ਹੋ ਗਈ ਜੇ 2.5-3 ਲੱਖ ਦਾ ਏਕੜ, 3 ਮਿਲੀਅਨ ਦਾ ਤੁਹਾਡਾ ਹੋ ਗਿਆ, 5-7 ਤੇ ਹੋਏ ਬਸ ਮੁੱਕਦੇ ਨੀ ਉਹ ਕਿਤੇ, ਪੈਸੇ ਤਾਂ ਬਹੁਤ ਤੇਜ਼ੀ ਨਾਲ ਇੱਥੇ ਬਣਦੇ ਆ, ਪਰ ਉਹ ਬਣਦੇ 1% ਵਾਲੇ ਤੇ। ਜਿਵੇਂ ਕੋਈ ਮਹਾਂਪੁਰਸ਼ ਜੀ ਕਹਿੰਦੇ ਸੀ, ਕਹਿੰਦੇ ਵੀ ਦਮੜੇ ਤੋਂ ਦਮੜਾ ਖਿੱਚਦਾ, ਮੇਰੇ ਵਰਗਾ ਖੀਸੇ ਚੋਂ ਕੱਢ ਕੇ ਜਾ ਕੇ ਉਹਨੇ ਮੱਥਾ ਟੇਕਦਾ, ਵੇਲੇ ਦੇ ਕੇ ਖਿੱਚੀਏ ਜੇ ਆਪਾਂ ਵੀ, ਉਹਦੇ ਵਾਲਾ ਗੋਲਕ ਜਾ ਕੇ ਡਿੱਗ ਪਿਆ। ਉਹ ਕਹਿੰਦਾ ਜੀ ਖਿੱਚਿਆ ਨੀ, ਕਹਿੰਦਾ ਖਿੱਚੇ ਲਿਆ, ਸਾਡੇ ਵਾਲੇ ਨੇ ਖਿੱਚਦਾ ਲਿਆ, ਦੇਖਦਾ ਪਿਆ ਤੇਰੇ ਵਾਲਾ। ਅੱਛਾ ਬੇਨਤੀ ਹੈ ਜੀ ਕੁਲਵੀਰ ਸਿੰਘ ਤੇ ਜਗਜੀਤ ਸਿੰਘ, 30-30 ਸੈਕਿੰਡ ਮੇਰੇ ਕੋਲ ਨੇ। ਕੁਲਵੀਰ ਸਿੰਘ ਜੀ ਲਾਈਨ ਨੰਬਰ 4। ਹਰਜੀਤ ਸਿੰਘ ਜੀ, ਮੈਂ ਤਾਂ ਇੱਕੋ ਬੇਨਤੀ ਕਰਨੀ ਚਾਹੁੰਦਾ ਵੀ ਜਿਵੇਂ ਆਪਾਂ ਜਿਹਦੇ ਕੋਲ ਪੈਸਾ ਉਹ ਪੈਸੇ ਨਾਲ ਕੰਮ ਕਰੀਏ, ਪਰ ਜਿਹੜੀ ਇਨਸਾਨੀਅਤ ਆ ਜੇ ਉਹਦੇ ਵਿੱਚ ਆਪਾਂ ਚੱਲ ਨਾਲ ਰਲ ਕੇ ਚੱਲਾਂਗੇ ਨਾ, ਨੀਵੇਂ ਪੱਧਰ ਤੇ ਚੱਲਾਂਗੇ ਤਾਂ ਬਹੁਤ ਵਧੀਆ ਗੱਲ ਰਹੂਗੀ ਹੈ ਨਾ। ਦੂਸਰੀ ਠੀਕ ਹੈ ਜਿਹੜੀ ਆਪਣੇ ਇਹਨਾਂ ਦੇ ਵਿੱਚ ਜਿਹੜੀ ਆਪਾਂ ਬਾਏ ਲਾ ਕਹਿੰਦੇ ਹਾਂ, ਬਾਏ ਲਾ ਦਾ ਅੱਜ ਕੱਲ੍ਹ ਕੋਈ ਡਰ ਮੰਨਦਾ ਨੀ ਹੈਗਾ, ਜਿੰਨਾ ਵੀ ਮੈਂ ਦੇਖਿਆ ਨਾ, ਕਹਿੰਦਾ ਟਿਕਟ ਪੇ ਕਰ ਦਿਆਂਗੇ ਜੋ ਮਰਜ਼ੀ ਹੋ ਜਾਏ ਨਾਲ, ਪਰ ਜਿਹੜੀ ਇੱਕ ਕਾਰਾਂ ਦੇ ਵਿੱਚ ਵੱਡੇ ਵੱਡੇ ਉਹ ਬਫਰ ਜਿਹੇ ਲਵਾ ਕੇ ਪਟਾਕੇ ਪੈਂਦੇ ਆ, ਉਹ ਇੱਥੋਂ ਕੋਈ ਲਾ ਉਹਨਾਂ ਨੂੰ ਕਾਬੂ ਕਰ ਸਕਦਾ ਕਿ ਨਹੀਂ ਕਰ ਸਕਦਾ, ਵੀ ਜਾਂ ਉਹ ਲੀਗਲ ਹੈ ਜਾਂ ਅਨਲੀਗਲ ਆ, ਉਹ ਚਲਾਈ ਜਾਂਦੇ ਆ ਨਾ, ਉਹ ਵੀ ਇੱਕ ਇਸ਼ੂ ਚੱਲਣਾ ਚਾਹੀਦਾ ਵੀ ਉਹ ਜਦੋਂ ਗੱਡੀ ਲੰਘਦੀ ਆ ਪਰ ਕਰੀ ਜਾਂਦੇ ਆ, ਉਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਧੰਨਵਾਦ ਜੀ। ਜੀ ਸਿੰਘ ਜੀ 5। ਸੋ ਇਹ ਕੀ ਹੈ ਜੀ ਕਿ ਫੇਰ ਵੀ ਆਪਣਾ ਅਸੀਂ ਰਹਿਣਾ ਹੈ, ਹਰ ਇੱਕ ਬੰਦੇ ਦਾ ਆਪਣਾ ਸੋਚਣ ਦਾ ਢੰਗ ਹੈ ਤੇ ਧੰਨਵਾਦ ਸਾਰਿਆਂ ਦਾ, ਰੱਬ ਰੱਖ।